ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਤੇ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਇਸ ਮੰਚ ਦੇ ਉੱਤੇ ਸਾਰੇ ਭਗਦੇ ਮਸਲਿਆਂ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵਾਚ ਕਰਦੇ ਨੇ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਤੇ ਫਤਿਹ ਬੁਲਾਉਣਾ ਜੀ। ਕੋਸ਼ਿਸ਼ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਹਰ ਮਸਲਿਆਂ ਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਚਾਨਣਾ ਪਵਾਈਏ ਔਰ ਕੀ ਕੁਝ ਚੱਲ ਰਿਹਾ। ਜਦ ਮੁੱਦੇ ਨੌਰਥ ਅਮਰੀਕਾ ਦੇ ਹੁੰਦੇ ਆ ਤਾਂ ਅਸੀਂ ਨੌਰਥ ਅਮਰੀਕਾ ਦੀ ਵੀ ਗੱਲ ਕਰਦੇ ਹਾਂ, ਔਰ ਜਦ ਮੁੱਦੇ ਪੰਜਾਬ ਦੇ ਨਾਲ ਜੁੜੇ ਹੁੰਦੇ ਹਨ ਜਾਂ ਫਿਰ ਮੁੱਦੇ ਪੰਥਕ ਹੁੰਦੇ ਹਨ ਜਾਂ ਫਿਰ ਸਿਆਸੀ ਹੁੰਦੇ ਹਨ, ਭਾਵੇਂ ਉਹ ਇਸ ਕਰਮ ਭੂਮੀ ਦੇ ਵਿੱਚ ਹੋਣ ਜਾਂ ਫਿਰ ਸਾਡੀ ਜਨਮ ਭੂਮੀ ਦੇ ਵਿੱਚ ਹੋਣ, ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਹਨਾਂ ਦੇ ਨਾਲ ਰਾਬਤਾ ਕਰਾ ਸਕੀਏ। ਇੱਕ ਸਭ ਤੋਂ ਅਹਿਮ ਮਸਲਾ ਇਸ ਟਾਈਮ ਜਿਹੜਾ ਹੈਗਾ ਸਾਹਮਣੇ ਆ ਰਿਹਾ, ਉਹਦੇ ਉੱਤੇ ਮੈਨੂੰ ਲੱਗਦਾ ਅੱਜ ਤੱਕ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਕਿਸੇ ਵੀ ਪਲੇਟਫਾਰਮਾਂ ਦੇ ਉੱਤੇ ਮੰਚਾਂ ਦੇ ਉੱਤੇ ਗੱਲ ਨਹੀਂ ਹੋ ਰਹੀ ਹੈ। ਔਰ ਜਸ ਪੰਜਾਬੀ ਨੂੰ ਜਦ ਲੱਗਿਆ ਕਿ ਇਸ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਮੇਸ਼ਾ ਦੀ ਤਰ੍ਹਾਂ ਜਸ ਪੰਜਾਬੀ ਇਸ ਮੁੱਦੇ ਨੂੰ ਲੈ ਕੇ ਆਇਆ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਜਿੱਥੇ ਅਸੀਂ ਲੰਬੇ ਸਮੇਂ ਤੋਂ ਕਈ ਸਾਰੇ ਵਿਸ਼ੇ ਇਸ ਮੰਚ ਦੇ ਉੱਤੇ ਲੈ ਕੇ ਆਏ ਔਰ ਅਸੀਂ ਕਹਿੰਦੇ ਹਾਂ ਕਿ ਕਿੱਥੇ ਨਾ ਕਿੱਥੇ 2014 ਦੀ ਅਗਰ ਅਸੀਂ ਗੱਲ ਕਰ ਲਈਏ, ਮੋਦੀ ਸਰਕਾਰ ਦੀ ਗੱਲ ਕਰ ਲਈਏ, ਤਾਂ ਕੋਈ ਨਾ ਕੋਈ ਹਿਡਨ ਏਜੰਡਾ ਉਹਨਾਂ ਦਾ ਹੈਗਾ, ਜਾਂ ਫਿਰ ਕਈ ਵਾਰੀ ਜਿਹੜੇ ਵਿਰੋਧੀ ਧਿਰ ਸਾਡੇ ਨਾਲ ਇਸ ਮੰਚ ਦੇ ਉੱਤੇ ਜਿਹੜੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਏਜੰਡਾ ਹਿੰਦੂ ਰਾਸ਼ਟਰ ਏਜੰਡਾ ਦਾ, ਜਾਂ ਤਮਾਮ ਜਿਹੜੀਆਂ ਆਰਟੀਕਲਾਂ ਜਾਂ ਫਿਰ ਅਸੀਂ ਕਹੀਏ ਕਿ ਇਹਨਾਂ ਖਬਰਾਂ ਦੇ ਉੱਤੇ ਕਿੰਨੀ ਕੁ ਸੱਚਾਈ ਹੈਗੀ ਹੈ। ਕਈ ਵਾਰ ਸਾਡੇ ਉੱਤੇ ਸਾਡੇ ਨਾਲ ਗੈਸਟ ਵੀ ਬਕਾਇਦਾ ਜੁੜੇ, ਉਹਨਾਂ ਨੇ ਆਪਣੀ ਗੱਲ ਵੀ ਰੱਖੀ, ਅਸੀਂ ਦੋਵੇਂ ਧਿਰਾਂ ਨੂੰ ਸੁਣਿਆ, ਭਾਵੇਂ ਉਹ ਬੀਜੇਪੀ ਹੋਣ, ਕਾਂਗਰਸ ਹੋਣ ਜਾਂ ਫਿਰ ਹੋਰ ਜਿਹੜੀ ਵੱਖ ਵੱਖ ਵਿਰੋਧੀ ਧਿਰਾਂ ਨੇ, ਭਾਵੇਂ ਉਹ ਆਮ ਆਦਮੀ ਪਾਰਟੀ ਹੋਏ। ਸੋ ਇਹ ਮੰਚ ਹਰ ਕਿਸੇ ਨੂੰ ਸੱਦਾ ਦਿੰਦਾ, ਇਸ ਮੰਚ ਦੇ ਉੱਤੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਔਰ ਜਦ ਸਿਆਸੀ ਪ੍ਰਤੀਕਰਮ ਦੀ ਗੱਲ ਆਉਂਦੀ ਹੈ ਤਾਂ ਅਸੀਂ ਹਰ ਕਿਸੇ ਨੂੰ ਇਨਵਾਈਟ ਕਰਦੇ ਹਾਂ, ਉਸ ਤੋਂ ਬਾਅਦ ਤੈਅ ਤੁਸੀਂ ਕਰਨਾ, ਰਿਜ਼ਲਟ ਤੁਸੀਂ ਦੇਣੇ ਹੈ, ਔਰ ਤੁਸੀਂ ਈਮੇਲ ਰਾਹੀਂ ਸਾਨੂੰ ਲਿਖ ਕੇ ਭੇਜਦੇ ਵੀ ਹੋ। ਅੱਜ ਵੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਅਹਿਮ ਮਸਲਾ ਮੈਂ ਤੁਹਾਨੂੰ ਦੱਸ ਦੇਵਾਂ। ਯੂਪੀ ਵਿਖੇ ਇਸ ਟਾਈਮ ਕਾਫੀ ਸਾਰੀ ਖਬਰਾਂ ਆ ਰਹੀਆਂ ਹਨ ਕਿ ਜਿੰਨੇ ਵੀ ਸਾਡੇ ਸਿੱਖ ਭਰਾ ਹਨ, ਸਾਡੇ ਕਿਸਾਨ ਭਰਾ ਹਨ, ਜੋ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਅਲੋਟ ਕੀਤੀ ਗਈ ਸੀਗੀ ਆਜ਼ਾਦੀ ਤੋਂ ਬਾਅਦ, ਯਾਨੀ ਕਿ 1947 ਤੋਂ ਬਾਅਦ, ਔਰ ਅਲੋਟਮੈਂਟ ਤੋਂ ਬਾਅਦ ਕਈ ਵਾਰ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਸਰਕਾਰਾਂ ਨੇ ਅੱਖ ਰੱਖੀਆਂ, ਔਰ ਕਈ ਵਾਰ ਉਹਨਾਂ ਨੂੰ ਉਹਨਾਂ ਜ਼ਮੀਨਾਂ ਤੋਂ ਉਜਾੜਿਆ ਵੀ ਗਿਆ। ਇਹ ਤਮਾਮ ਖਬਰਾਂ ਸਾਹਮਣੇ ਆਈਆਂ। ਹੁਣ ਜਿਹੜੀ ਹਾਲ ਫਿਲਹਾਲ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ, ਯੂਪੀ ਵਿਖੇ ਕਈ ਸਾਰੀ ਸ਼ਹਿਰਾਂ ਦੇ ਵਿੱਚ ਜਿੱਥੇ ਸਾਡੇ ਸਿੱਖ ਪਰਿਵਾਰ, ਸਿੱਖ ਕਿਸਾਨ ਵਸੇ ਹਨ, ਉਹਨਾਂ ਦੀ ਜ਼ਮੀਨ ਦੇ ਉੱਤੇ ਸਰਕਾਰ ਦੀ ਅੱਖ ਹੈ, ਔਰ ਸਰਕਾਰ ਉੱਥੇ ਕੀ ਕੁਝ ਬਣਾਉਣਾ ਚਾਹੁੰਦੀ ਹੈ ਔਰ ਕਿਉਂ ਉਹਨਾਂ ਨੂੰ ਉੱਥੋਂ ਦੀ ਹਟਾਉਣਾ ਚਾਹੁੰਦੀ ਹੈ। ਇਹਨੂੰ ਲੈ ਕੇ ਤਮਾਮ ਮੁਸ਼ਕਿਲਾਂ ਯੂਪੀ ਦੇ ਵਿੱਚ ਵੱਸਦੇ ਸਾਡੇ ਸਿੱਖ ਪਰਿਵਾਰਾਂ ਨੂੰ ਆ ਰਹੀਆਂ ਹਨ, ਔਰ ਕਿਸ ਗੱਲ ਨੂੰ ਲੈ ਕੇ ਸਰਕਾਰ ਚਾਹੁੰਦੀ ਹੈ ਕਿ ਇਹ ਜ਼ਮੀਨ ਖਾਲੀ ਕਰਨ ਔਰ ਸਰਕਾਰ ਨੂੰ ਵਾਪਸ ਦੇਣ। ਜੰਗਲਾਤ ਵਿਭਾਗ ਅਤੇ ਵੱਖ ਵੱਖ ਹੋਰ ਵਿਭਾਗ ਜਿਹੜੇ ਯੂਪੀ ਦੇ ਵਿੱਚ ਇਸ ਟਾਈਮ ਨੇ, ਯੂਪੀ ਦੇ ਵਿੱਚ ਤੁਹਾਨੂੰ ਦੱਸ ਦੇਵਾਂ ਤੁਹਾਡੀ ਜਾਣਕਾਰੀ ਦੇ ਲਈ, ਯੋਗੀ ਆਦਿੱਤਿਆ ਨਾਥ ਜੋ ਕਿ ਬੀਜੇਪੀ ਦੀ ਉੱਥੇ ਗਵਰਨਮੈਂਟ ਹੈਗੀ ਹੈ, ਬੀਜੇਪੀ ਦੀ ਸਰਕਾਰ ਹੈਗੀ ਹੈ, ਉਹਨਾਂ ਨੂੰ ਕਿਹਨਾਂ ਨੇ ਅਪੀਲ ਕੀਤੀ ਔਰ ਕੌਣ ਉਹਨਾਂ ਦੇ ਨਾਲ ਰਾਬਤਾ ਕਰਕੇ ਰੱਖ ਰਿਹਾ, ਇਹ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਦੌਰਾਨ ਦੱਸਾਂਗੇ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਮਾਤ, ਆਪਣੇ ਆਪ ਨੂੰ ਦੱਸਣ ਵਾਲੀ ਪਾਰਟੀ, ਹੁਣ ਉਹ ਖੁਦ ਮੰਨਦੀ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ, ਖੁਦ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਸਾਡੀ ਜ਼ਮੀਨ ਦੇ ਉੱਤੇ ਝੜਪ ਜਿਹੜੀ ਹੈਗੀ ਹੈ, ਸਾਡੀ ਜ਼ਮੀਨ ਦੇ ਉੱਤੇ ਨਜ਼ਰ ਸਰਕਾਰ ਦੀ ਜਿਹੜੀ ਹੈਗੀ ਹੈ ਉਹ ਵਾਕਈ ਰੱਖੀ ਜਾ ਰਹੀ ਹੈ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ, ਸਾਡੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੈਂ ਖੁਦ ਆਪ ਨਹੀਂ ਕਹਿ ਰਿਹਾ, ਇਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮੈਂਬਰ ਆਫ ਪਾਰਲੀਮੈਂਟ ਚੰਦੂ ਮਾਜਰਾ, ਉਹਨਾਂ ਨੇ ਗੱਲ ਕਹੀ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੀ ਜਦ ਗੱਲ ਹੁੰਦੀ ਹੈ ਤਾਂ ਸੀਨੀਅਰ ਲੀਡਰ ਵਜੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੇਖਿਆ ਜਾਂਦਾ, ਅਤੇ ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਮੰਨਿਆ ਕਿ ਹਾਂ ਸਾਡੇ ਨਾਲ ਵਾਕਈ ਹੀ ਯੂਪੀ ਦੇ ਵਿੱਚ ਧੱਕਾ ਹੋਇਆ। ਆਓ ਤੁਹਾਨੂੰ ਪਹਿਲਾਂ ਸੁਣਾ ਦਈਏ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੀ ਕੁਝ ਦੱਸਿਆ ਜ਼ਮੀਨਾਂ ਬਾਰੇ ਔਰ ਕੀ ਉਹਨਾਂ ਨੇ ਬਿਆਨ ਦਿੱਤੇ, ਕੀ ਪ੍ਰਤੀਕਰਮ ਦਿੱਤੇ ਕਿ ਯੂਪੀ ਵਿਖੇ ਸਿੱਖ ਕਿਸਾਨਾਂ ਦੇ ਨਾਲ ਕੀ ਹੋ ਰਿਹਾ। ਆਓ ਵੇਖਦੇ ਹਾਂ ਔਰ ਸੁਣਦੇ ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੂੰ। ਬੈਠੇ ਲੋਕਾਂ ਨੂੰ ਉਹਨਾਂ ਦੇ ਜ਼ਮੀਨਾਂ ਤੋਂ ਉਠਾਉਣਾ, ਦੇਸ਼ ਦੇ ਬਟਵਾਰੇ ਸਮੇਂ ਇਹ ਲੋਕ 1948-51 ਦੇ ਵਿੱਚ ਉੱਥੇ ਆ ਕੇ ਬੈਠੇ, ਖਾਸ ਤੌਰ 'ਤੇ ਆ ਬਿਜਨੌਰ ਦੀ ਨਗੀਨਾ ਤਹਿਸੀਲ ਆ, ਪਿੰਡ ਚੰਪਤਪੁਰ, ਨਗੀਨਾ ਤਹਿਸੀਲ ਚੰਪਤਪੁਰ ਪਿੰਡ ਬਿਜਨੌਰ ਦਾ, ਅਤੇ ਜ਼ਮੀਨਾਂ ਉੱਥੇ ਅਲਾਟ ਕਰਤੀਆਂ, ਪਟੇ ਬਣਾ ਤੇ 70 ਸਮਝੋ 48-51 ਤੋਂ ਰਹਿ ਰਹੇ ਨੇ ਉੱਥੇ। ਹੁਣ ਅਚਾਨਕ ਜੰਗਲਾਤ ਮਹਿਕਮੇ ਵੱਲੋਂ ਉਹਨਾਂ ਨੂੰ
ਉਠਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਇਸੇ ਤਰ੍ਹਾਂ ਲਖੀਮਪੁਰ ਖੇਰੀ ਤਹਿਸੀਲ ਦਾ ਪਿੰਡ ਰਾਮਨਗਰ, ਸੋਰੀ ਲਖੀਮਪੁਰ ਜ਼ਿਲ੍ਹਾ ਹੈ, ਨਿਗਾਸਨ ਤਹਿਸੀਲ ਰਾਮਨਗਰ ਪਿੰਡ ਆ, ਉੱਥੇ ਦੇ 250-300 ਪਰਿਵਾਰ ਤੇ ਨਾਲ ਲੱਗਦੇ ਰਾਮਪੁਰ ਜ਼ਿਲ੍ਹੇ ਦੇ ਵਿੱਚੋਂ ਤਕਰੀਬਨ 15 ਪਿੰਡਾਂ ਦੇ ਪਰਿਵਾਰ, ਉਹਨਾਂ ਨੂੰ ਵੀ ਉੱਤਰ ਪ੍ਰਦੇਸ਼ ਸਰਕਾਰ ਦਾ ਜਿਹੜਾ ਵਣ ਵਿਭਾਗ ਆ ਉਹ ਕਹਿੰਦੇ ਉੱਥੇ ਅਸੀਂ ਕੈਂਪ ਬਣਾਉਣਾ ਆਰਮਡ ਫੋਰਸ ਦਾ। ਇਹ ਜ਼ਮੀਨ ਇਹਨਾਂ ਨੇ ਕੁਛ ਤਾਂ ਖਰੀਦੀ ਸੀ, ਕੁਛ ਵਣ ਵਿਭਾਗ ਨੇ ਅਲਾਟ ਕੀਤੀ ਸੀ। ਇੱਕ ਵਿਕਰਮ ਸ਼ਾਹ ਸੀ, ਉਹਦੇ ਤੋਂ ਖਰੀਦੀ ਸੀ ਜ਼ਮੀਨ ਇਹ, ਤੇ ਇੰਤਕਾਲ ਨਾ ਹੋ ਸਕੇ। 1966 ਦੇ ਵਿੱਚ ਜਦੋਂ ਸੀਲਿੰਗ ਐਕਟ ਲੱਗਿਆ ਤਾਂ ਉਹਨੇ ਇਹਨੂੰ ਸਰਪਲਸ ਜ਼ਮੀਨ ਦੀ ਪਾਤਾ, ਸਰਕਾਰ ਨੇ ਉਹਨੂੰ ਫੋਰੈਸਟ ਡਿਪਾਰਟਮੈਂਟ ਨੂੰ ਅਲਾਟ ਕਰਤੀ ਨਾ ਕਰਤੀ। 1980 ਦੀ ਜਿਹੜੀ ਚੱਕਬੰਦੀ ਹੋਈ ਉਹਦੇ 'ਚ ਇਹਨਾਂ ਨੂੰ ਜਿਹੜਾ ਆਪਣਾ ਲੋਕਾਂ ਨੂੰ ਕਿੱਲਾਬੰਦੀ ਖਾਤੇ ਵੀ ਬੰਦ ਤੇ ਇਹਨਾਂ ਦੇ, ਜਾਣੀ ਸ਼ੂਗਰ ਮਿੱਲਾਂ ਦੇ ਸ਼ੇਅਰ ਹੋਲਡਰ ਵੀ ਇਹ ਬਣ ਗਏ। ਪਿੰਡਾਂ 'ਚ ਸੜਕਾਂ ਬਣਾਤੀਆਂ, ਪਾਣੀ ਦੀਆਂ ਟੈਂਕੀਆਂ ਲਾਤੀਆਂ, ਟਿਊਬਵੈੱਲਾਂ ਦੇ ਕਨੈਕਸ਼ਨ ਦੇ ਤੇ, ਸਰਕਾਰ ਦੀਆਂ ਸਾਰੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ, ਘਰ ਬਣਾ ਲਏ ਇਹਨਾਂ ਨੇ, ਬਿਜਲੀ ਕਨੈਕਸ਼ਨ ਲਾ ਤੇ। ਅਤੇ ਹੁਣ ਜਿਹੜੇ 15 ਪਿੰਡ ਸੀ ਉਹ ਰਾਮਪੁਰ ਦਾ ਮਹਾਰਾਜਾ ਹੁੰਦਾ ਸੀ ਉਹਨੇ ਅਲਾਟ ਕੀਤੀ ਸੀ ਜ਼ਮੀਨਾਂ, ਉਹਨਾਂ ਨੂੰ ਦਿੱਤੀਆਂ ਸੀ। ਇਹ ਵੀ ਉਦੋਂ ਦੀਆਂ ਕੀਤੀਆਂ ਵੀ ਆ ਵੀ ਤੋੜ ਲਓ ਤੁਸੀਂ ਜ਼ਮੀਨਾਂ ਆਬਾਦ ਕਰ ਲਓ, ਤੁਸੀਂ ਮਾਲਕ ਹੋ, ਜਿੰਨਾ ਕੋਈ ਤੋੜ ਲਏਗਾ ਉਨਾ ਹੀ ਮਾਲਕ ਹੋ ਜਾਏਗਾ ਉਨੀ ਜ਼ਮੀਨ ਦਾ। ਅਤੇ ਹੁਣ ਅਚਾਨਕ ਉੱਥੇ ਕਹਿੰਦੇ ਜੀ ਅਸੀਂ ਇਹ ਆਰਮਡ ਫੋਰਸ ਦਾ ਕੈਂਪ ਬਣਾਉਣਾ, ਅਤੇ ਉੱਥੇ ਚੱਲ ਲੈ ਕੇ JCB ਮਸ਼ੀਨਾਂ ਲੈ ਗਏ, ਲੋਕਾਂ ਨੇ ਰੌਲਾ ਪਾਇਆ, ਉੱਥੇ ਬਹੁਤ ਵੱਡਾ ਹੰਗਾਮਾ ਹੋਇਆ, ਫਿਰ ਉਹ ਮਹਿਕਮੇ ਵਾਲੇ ਵਾਪਸ ਆਏ। ਤੀਜਾ ਕੇਸ ਹੈ ਨਾਨਕ ਸਾਗਰ ਡੈਮ, ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਨਾਲ ਆ ਨੇਪਾਲ ਬਾਰਡਰ 'ਤੇ, ਉੱਥੇ 3000 ਏਕੜ ਜ਼ਮੀਨ ਅਕੁਆਇਰ ਕੀਤੀ, ਅਤੇ ਜ਼ਮੀਨ ਅਕੁਆਇਰ ਕਰਕੇ ਉਹਨਾਂ ਨੂੰ ਕਹਿਤਾ ਵੀ ਤੁਹਾਨੂੰ ਅਸੀਂ ਇਹਦੇ ਬਦਲੇ ਜ਼ਮੀਨ ਦੇ ਦਿੰਦੇ ਹਾਂ। ਜ਼ਮੀਨ ਦੇ ਤੀ, ਉਹ ਜ਼ਮੀਨ ਸੀ ਜੰਗਲਾਤ ਮਹਿਕਮੇ ਦੀ, ਕੁਦਰਤੀ ਫਲੱਡ ਆ ਗਿਆ ਅਤੇ ਲੋਕਾਂ ਨੇ ਘਰ ਬਣਾਏ ਸੀ, ਘਰ ਛੱਡ ਕੇ ਉਹ ਬੰਨ ਦੇ ਉੱਤੇ ਆ ਗਏ, ਫਲੱਡ ਆਏ ਬਹੁਤ, ਅਤੇ ਜਦੋਂ ਪਾਣੀ ਉੱਤਰ ਗਿਆ ਦੂਜੇ ਸਾਲ ਗਏ ਅਤੇ ਵਣ ਵਿਭਾਗ ਨੇ ਬੈਠਣ ਨਹੀਂ ਦਿੱਤੇ। 1988 ਤੋਂ ਲੈ ਕੇ ਉਹ ਦਰ ਦਰ ਧੱਕੇ ਖਾ ਰਹੇ ਆ, ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ, 168 ਪਰਿਵਾਰ ਆ। ਸੋ ਕੁੱਲ ਮਿਲਾ ਕੇ ਸਾਡਾ ਕਹਿਣਾ ਇਹ ਆ ਕਿ ਇਹ ਜਾਤੀ ਆ ਅਨਿਆਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕਰਨ ਦੇ ਵਿੱਚ ਔਰ ਦੇਸ਼ ਨੂੰ ਅੰਨ ਦੇ ਵਿੱਚ ਆਤਮ ਨਿਰਭਰ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਉਹਨਾਂ ਲੋਕਾਂ ਨਾਲ ਨਿਆਂ 'ਤੇ ਧੱਕਾ, ਔਰ ਖਾਸ ਤੌਰ 'ਤੇ ਉਹਨਾਂ ਲੋਕਾਂ ਨਾਲ ਧੱਕਾ ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਕਾਲੇ ਪਾਣੀਆਂ ਦੇ ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ, ਜਾਇਦਾਦਾਂ ਕੁਰ ਕਰਵਾਈਆਂ, ਉਜਾੜੇ ਬਰਬਾਦੀਆਂ ਝੱਲ ਕੇ ਇਸ ਦੇਸ਼ ਨਾਲ ਆਪਣੀ ਕਿਸਮਤ ਨੂੰ ਜੋੜਿਆ, ਉਹ ਲੋਕਾਂ ਨੂੰ ਵੀ ਇੱਥੇ ਇਨਸਾਫ ਨਹੀਂ ਦਿੱਤਾ ਜਾ ਰਿਹਾ ਬਲਕਿ ਅਨਿਆਂ ਕੀਤਾ ਜਾ ਰਿਹਾ, ਜਿਨ੍ਹਾਂ ਨੇ ਬੇਆਬਾਦ ਪਈਆਂ ਜ਼ਮੀਨਾਂ ਨੂੰ। ਤਾਂ ਤੁਸੀਂ ਖੁਦ ਆਪ ਸੁਣਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਦੇ ਨਾਲ ਧੱਕਾ ਹੈਗਾ, ਉਹਨਾਂ ਦੀ ਜ਼ਮੀਨ ਨੂੰ ਅਕੁਆਇਰ ਕੀਤਾ ਜਾ ਰਿਹਾ। ਔਰ ਤਮਾਮ ਇਹਦੇ ਉੱਤੇ ਹੋਰ ਕੀ ਕੋਈ ਪਹਿਲੂ ਨੇ, ਕੀ ਸਰਕਾਰ ਦੀ ਮਨਸ਼ਾ ਹੈਗੀ ਇਹਦੇ ਵਿੱਚ, ਔਰ ਸਰਕਾਰ ਸਿਰਫ ਸਿੱਖ ਫਾਰਮਰਸ ਦੀ ਯੂਪੀ ਦੇ ਵਿੱਚ ਉਹਨਾਂ ਦੀ ਹੀ ਜ਼ਮੀਨਾਂ ਦੇ ਉੱਤੇ ਨਜ਼ਰ ਲਗਾ ਕੇ ਕਿਉਂ ਬੈਠੀ ਹੈ, ਤਮਾਮ ਵੱਡੇ ਸਵਾਲ ਬਣਦੇ ਹਨ। ਇਹਨਾਂ ਸਵਾਲਾਂ ਦੇ ਉੱਤੇ ਅਸੀਂ ਜਵਾਬ ਵੀ ਲਵਾਂਗੇ। ਤਮਾਮ ਪੈਨਲਿਸਟ, ਤਮਾਮ ਗੈਸਟ ਮੇਰੇ ਨਾਲ ਜੁੜਨਗੇ, ਤੁਸੀਂ ਵੀ ਫੋਨ ਕਰਕੇ ਆਪਣੀ ਰਾਏ ਮੇਰੇ ਨਾਲ ਰੱਖ ਸਕਦੇ ਹੋ। ਇਹੀ ਅੱਜ ਦਾ ਮੁੱਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਗੱਲ ਇੱਥੇ ਯੂਪੀ ਵਿਖੇ ਲੈਂਡ ਐਕੁਆਇਰ ਦਾ ਜਿਹੜਾ ਮਸਲਾ ਹੈਗਾ ਸਰਕਾਰ ਵੱਲੋਂ ਸਾਹਮਣੇ ਆਇਆ ਹੈਗਾ, ਕੀ ਹੈ ਪੂਰਾ ਮਾਮਲਾ, ਇਹਦੇ ਉੱਤੇ ਨਜ਼ਰ ਪਾਉਂਦੇ ਹਾਂ। ਤੁਹਾਨੂੰ ਮੈਂ ਤਾਰੂਫ ਕਰਾ ਦਵਾਂ, ਸਾਡੇ ਨਾਲ ਬਲਵੰਤ ਸਿੰਘ ਰਾਮੂ ਵਾਲੇ ਜੁੜ ਚੁੱਕੇ ਨੇ, ਉਹਨਾਂ ਦਾ ਮੈਂ ਨਿੱਘਾ ਸਵਾਗਤ ਕਰਦਾ। ਕੈਬਨਿਟ ਮਿਨਿਸਟਰ ਰਹੇ ਨੇ ਗਵਰਨਮੈਂਟ ਆਫ ਉੱਤਰ ਪ੍ਰਦੇਸ਼ ਦੇ, 2015 ਤੋਂ ਲੈ ਕੇ 2017 ਦੇ ਵਿੱਚ ਪ੍ਰਿਜ਼ਨ
मिनिस्टर के तौर पर इन्होंने भी भूमिका निभाई, मैंबर ऑफ 8th लोक सभा रहे हैं और मैंबर ऑफ राज्य सभा रहे हैं, तमाम इन्हों के कोल अहुदे सीगे, कई सारे अहुदे इन्होंने संभाले। और हाल फिलहाल जब गल इस मुद्दे की आई है तो यदि पैरवी भी कर रहे हैं, जानने की कोशिश करते हैं कि है पूरा मसला। उन्होंने मैं निघा स्वागत करता, सब तो पहला मैं चाहना कि उन्होंने टीवी स्क्रीन उत्ते लिया जाए और फतेह की सांझ पाना। वाहेगुरू जी का खालसा, वाहेगुरू जी की फतेह। वाहेगुरू जी का खालसा, वाहेगुरू जी की फतेह। सारे दर्शकों को भी और सारे तुहाडे स्टाफ को भी धन्यवाद। रामूवालिया जी, मैं चाहवांगा कि सब तो पहला तुसी अपने ओपनिंग कमेंट दवो इस मुतलक, तुहानू की लगता है कि है पूरा मामला। असी श्रोमणी अकाली दल नू भी सुन लिया, हुण तुहानू भी सुनना चाहुंदे आ। देखो गल ये है बई चंपतपुर विच पहला ही बजनौर जिले विच इन्होंने जमीन कई साल पहला गवर्नमेंट ने कोशिश की, जो मैं मिनिस्टर बनया मैं सारिया फाइलों ठप करवातियाँ कि इन्हों का कोई मतलब नहीं बनता। जोड़े बंदे पाकिस्तान तो उजड़ के आए उन्होंने जिथे उन्होंने हथ पिया तुम स्वागत किया, उदों जदों गवर्नमेंट बनी यूपी उदों के मुख्यमंत्री ने इन सारे ने स्वागत किया भी क्या जमीन आबाद करो, जमीन आबाद करो, जंगल पुटो, किसान ने पुटे। 70 साल तो बैठे है हूँ, जो इन्हों की गौरमेंट आई बीजेपी वाले की, इन्होंने फिर उत्थे कोई बनाना पुलिस का कैंप बनाना या कोई ट्रेनिंग कैंप बनाना, उहदे लई सारी जमीन कल्ले सिखां वाली जमीन नूं ही उहदे च पाया ते बाकियां नूं क्यों नहीं पाया भाई। हुण अगली गल जेसीबी मशीन लै आए हैं 35 सिख जिहड़े है उन्होंने उत्ते सीधे मुकदमे करते हैं, 250 अणपछाते लिख के कर दते है, यानी सारे उत्थे ही मुकदमे। इवें जो पहला डैम बनया, डैम उत्ते 3000 एकड़ जमीन, चलो वह तो उत्तराखंड चलिया गया, साड़ी स्टेट में यूपी च है नहीं, पर है तो सिखा उत्ते पुरानी इकट्ठी यूपी वाले का मसला है, भी कोई नहीं कर रहा। सो मैं उत्तराखंड भी यूपी तो ही निकलिया है, उत्तराखंड भी यूपी तो ही निकलिया, और जेकर लैंड उत्थे दी भी है तो गल तो एक ही बनती है। मैं तो क्या तो ना, मैं पहला इन्हां नाल ही सीगे, हुण उत्थे भी उत्थे कि एक थां था उत्थे उत्थे जो गुरुद्वारा साहब है जिथे महाराज गए सी ओहदा भी झगड़ा पाई बैठे है। मुद्दा क्या हुंदा है बई, मैं पता नहीं मैनूं तुसीं ठीक समझो, प्रॉब्लम यह है भी जिहड़ा अकाली दल है जिवें सुखबीर सिंह बादल, मैनूं नहीं पता वह पिछले 15 साल च कोई एक दिन भी यूपी गए होण ना, उन्होंने कह ये कोई नवी गल नहीं। मैं बहुत लड़ाइया लड़िया गुजरात के सिखा का, उत्थे भुल्लर साहब है उन्होंने कद गल कर लियो, कला मैं ही सी जिन्हें आपकी कोठी दिती, दिल्ली दफ्तर ही खोलता गुजरात के सिखा लई, पर मैं जो मेरी गलती एक हो गई, मैं 7 मुद्दों के उत्ते समझौता होया सी बादलों ना भी मैं थोड़ी पार्टी की हमायत कर दूंगा, तुम आ 7 मुद्दे वह कद फिर दसो, 7 वे वे मुद्दे हल करोगे। मैं एक दिन बादल नूं मिलिया, मुख्यमंत्री सी ते नाल गुजरात दे सिख लै के, मैं कहा जी आ बैठे उजड़ जाणगे, लाल बहादुर शास्त्री ने 1965 च इन्हां नूं आप सद्या सी ते तुसीं इन्हां दी जमीना बचाओ, ਕਿਹਦਾ ਸਰਦਾਰ ਸਾਹਿਬ ਵੀ ਉਹਨਾਂ ਦਾ ਆਪ ਦਾ ਮਤਲਬ ਸੀਗਾ, ਆਪ ਦੀ ਸੈਲਫਿਸ਼ਨੈਸ ਸੀਗੀ, ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਬਾਰਡਰ ਤੇ ਬਿਠਾ ਦਿਓ ਘੁਸਪੈਠ ਨਹੀਂ ਹੋਏਗੀ, ਜੇਕਰ ਘੁਸਪੈਠ ਹੁੰਦੀ ਹੈ ਤਾਂ ਸਿੱਖ ਆਪਣੇ ਆਪ ਰੋਕ ਲੈਣਗੇ, ਉਹਦੇ ਵਿੱਚ ਵੀ ਸੈਲਫਿਸ਼ਨੈਸ ਨਜ਼ਰ ਆਉਂਦੀ ਆ। ਬਿਲਕੁਲ ਠੀਕ ਹੈ, ਚਲ ਜੇ ਸੈਲਫਿਸ਼ ਕਰਤਾ, ਸੈਲਫਿਸ਼ਨ ਸੀਗੀ, ਜ਼ਮੀਨਾਂ ਉਹਨਾਂ ਦੇ ਨਾਂ ਹੋ ਗਈਆਂ ਜੀ, ਹੁਣ ਉਹਨਾਂ ਨੂੰ ਹਾਈ ਕੋਰਟ 'ਚ ਹਾਰ ਗਏ। ਗੱਲ ਮੈਂ ਟਾਈਮ ਨਹੀਂ ਲੈਣਾ ਚਾਹੁੰਦਾ ਜੀ, ਇਹਨਾਂ ਨੇ ਕਹਿਤਾ ਉਹਨੂੰ ਪਰ ਪ੍ਰਾਂਤੀ ਇੱਕ ਲਫ਼ਜ਼ਾ ਪਰ ਪ੍ਰਾਂਤੀ ਕਹਿ ਕੇ ਕੱਢਤਾ ਗੁਜਰਾਤ ਚੋਂ, ਉਹ ਕੁਦਰਤੀ ਜਿਹੜੇ 3 ਜੱਜਾਂ ਦੇ ਹਾਈ ਕੋਰਟ 'ਚ ਕੇਸ ਪੇਸ਼ ਹੋਇਆ, ਉਹਨਾਂ 'ਚ ਇੱਕ ਬੰਗਾਲੀ ਸੀ, ਇੱਕ ਬੰਗਾਲੀ, ਇੱਕ ਸੀਗਾ ਤਾਮਿਲਨਾਡੂ ਦੇ, ਇੱਕ ਕੇਰਲਾ ਦੇ। ਉਹਨੂੰ ਕਹਿੰਦੇ ਉੱਥੋਂ ਦੇ ਵਕੀਲ ਨੂੰ ਵੀ ਤੁਸੀਂ ਇਹਨਾਂ ਨੂੰ ਪਰ ਪ੍ਰਾਂਤੀ ਕਹਿ ਕੇ ਸਿੱਖਾਂ ਨੂੰ ਕੱਢਣ ਲੱਗੇ ਹੈ, ਅਤੇ ਮੈਂ ਤੁਹਾਨੂੰ ਪੁੱਛਿਆ ਉਹ ਕਹਿੰਦੇ ਅਸੀਂ ਕੀ, ਅਸੀਂ ਵੀ ਤਾਂ ਪਰ ਪ੍ਰਾਂਤੀ ਹੈ, ਹੈਗੇ ਹੋਰ ਸੂਬਿਆਂ ਦੇ, ਹਾਈ ਕੋਰਟ ਹੈਗੀ ਹੈ ਗੁਜਰਾਤ ਦੀ, ਉਹਨਾਂ ਨੇ ਸਿੱਖਾਂ ਦੇ ਹੱਕ 'ਚ ਕਰਤਾ। ਹੁਣ ਗਏ ਹੋਏ ਸੁਪਰੀਮ ਕੋਰਟ 'ਚ ਗੁਜਰਾਤ ਵਾਲੇ, ਉਹ ਨੇਰ ਸਾਈ ਦਾ
ਨੇਰ ਸਾਈਂ ਦਾ ਮੈਂ ਪੱਟ ਪੱਟ ਕੇ ਮਰ ਗਿਆ। ਮੈਂ ਕਿਹਾ ਬੀਬੀ ਹਰਸਿਮਰਤ ਕੌਰ ਇੱਥੇ ਲੜੋ ਕੇਸ ਸੁਪਰੀਮ ਕੋਰਟ 'ਚ ਸਿੱਖਾਂ ਦਾ। ਖੈਰ ਇੱਕ ਦਿਨ ਮੈਂ ਬਾਦਲ ਕੋਲ ਗਿਆ ਅਤੇ ਨਾਲ ਸਿੱਖ ਵੀ, ਪਹਿਲਾਂ ਤਾਂ ਬਾਦਲ ਸਾਹਿਬ ਸਾਨੂੰ 8ਵੇਂ ਨੰਬਰ 'ਤੇ ਮਿਲੇ, ਉਹ ਕਹਿੰਦੇ ਜੀ ਕੁਛ ਨਹੀਂ ਬਣਨਾ ਕੁਛ ਨਹੀਂ ਬਣਨਾ। ਮੈਂ ਕਿਹਾ ਜੀ ਅਗਰਵਾਲ ਤੁਹਾਡਾ ਜਿਹੜਾ ਐਡਵੋਕੇਟ ਜਨਰਲ ਹੈ ਉਹਦੀ ਡਿਊਟੀ ਲਾਓ, ਉਹ ਪੇਸ਼ ਹੋਵੇ ਦਿੱਲੀ, ਇਹ ਮੇਰੀ ਕੋਠੀ ਠਹਿਰੇ ਹੋਏ ਹੈ ਦਿੱਲੀ, ਉਦੋਂ ਮੈਂ ਦਿੱਲੀ ਵੀ ਮੇਰਾ ਘਰ ਸੀ। ਮੈਨੂੰ ਕਹਿੰਦੇ ਜੀ ਚਲੋ ਆਏ ਹੀ ਨਾ 9 ਵਜੇ 10 ਵਜੇ। ਮੈਂ 10 ਵਜੇ ਪੰਜਾਬ ਭਵਨ ਗਿਆ, ਅਗਰਵਾਲ ਸਾਹਿਬ ਜੀ ਮੌਜ ਨਾਲ ਹਲੇ ਟੁੱਸ ਪੁਰਸ਼ ਵੀ ਨਹੀਂ ਕੀਤਾ। ਮੈਂ ਕਿਹਾ ਅਗਰਵਾਲ ਸਾਹਿਬ ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ। ਕਹਿੰਦੇ ਜੀ ਅੱਜ ਮੇਰੀ ਤਬੀਅਤ ਨਹੀਂ ਠੀਕ, ਮੈਂ ਪੇਸ਼ ਹੀ ਨਹੀਂ ਹੋਣਾ। ਉਹ ਪੇਸ਼ ਹੀ ਨਹੀਂ ਹੋਇਆ, ਮੁੱਖ ਮੰਤਰੀ ਦਾ ਕਿਹਾ ਹੋਵੇ ਤੇ ਐਡਵੋਕੇਟ ਜਨਰਲ ਪੇਸ਼ ਨਾ ਹੋਵੇ ਜੀ, ਚਲੋ ਕੇਸ ਅੜਿਆ ਹੋਇਆ। ਇੱਥੇ ਮੈਨੂੰ ਦੱਸ ਦਿਓ ਵੀ ਜਦੋਂ ਰੋਟ ਪੱਕ ਗਿਆ ਤੇ ਜਮਾਂ ਉੱਚੜ ਗਿਆ ਤੇ ਜਲ ਗਿਆ, ਹੁਣ ਕਹਿੰਦੇ ਜੀ ਚੰਦੂ ਮਾਜਰਾ ਜਾਊਗਾ। ਮਾਫ ਕਰਨਾ, ਗੱਲ ਬੜੀ ਸਿੱਧੀ ਹੈ ਲੋਕੋ, ਰਾਮੂ ਵਾਲੀਏ ਨੇ, ਮੈਂ ਤੁਹਾਡਾ ਸੇਵਕ ਹਾਂ, ਮੈਂ ਏਅਰਪੋਰਟਾਂ 'ਤੇ ਲੁੱਟ ਬੰਦ ਕਰਾਈ ਸੀ, ਮੈਂ ਟੈਕਸੀਆਂ ਦੀ ਲੁੱਟ ਬੰਦ ਕਰਾਈ, ਵਿਚਾਰੇ ਟੈਕਸੀ ਵਾਲਿਆਂ ਨੂੰ ਲੁੱਟਦੇ ਸੀ ਦਿੱਲੀ 'ਚ, ਮੈਂ ਜਿੱਥੇ ਜਿੱਥੇ ਵੀ ਹੈ ਮੈਂ ਜਾ ਕੇ ਸੈਰ ਲਾਉਂਦਾ ਰਿਹਾ। ਬਾਹਰਲੇ ਮੁਲਕਾਂ 'ਚੋਂ ਲਾਸ਼ਾਂ ਬੰਦਿਆਂ ਦੀਆਂ ਲਿਆਂਦੀਆਂ ਜਿਉਂਦੇ ਫੜ ਫੜ, 20,000 ਲੜਕਿਆਂ ਨੂੰ ਜਾਂ ਉੱਥੇ ਕੁੜੀਆਂ ਵਿਕ ਗਈਆਂ, ਕਦੇ ਕੋਈ ਬੋਲਦਾ ਨਹੀਂ। ਹੁਣ ਮੈਂ ਤੁਹਾਨੂੰ ਗੱਲ ਕਰਦਾ, ਮੈਂ ਤਾਂ ਇਹ ਕੀਤਾ, ਮੈਂ ਸਾਫ਼ ਗੱਲ ਕਹਿੰਦਾ, ਲਓ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਲਓ ਸੁਖਬੀਰ ਸਿੰਘ ਬਾਦਲ, ਹੁਣ ਜਾਂ ਤਾਂ ਤੁਹਾਡੀ ਕੁਰਸੀ ਰੱਖੋ ਤੇ ਜਾਂ ਸਿੱਖਾਂ ਦੀਆਂ ਜ਼ਮੀਨਾਂ ਰੱਖੋ, ਇੱਥੇ ਆ ਕੇ ਰੌਲਾ ਪਾਓਗੇ ਕੰਮ ਬਣੂ। ਤੁਸੀਂ ਹਰ ਵੇਲੇ ਕੁਰਸੀ ਰੱਖਦੇ, ਕੁਰਸੀ ਰਹਿੰਦੇ ਬੀਬੀ ਹਰਸਿਮਰਤ ਦੀ, ਤੁਸੀਂ ਕੀ ਕੀਤਾ ਹੁਣ ਤਾਈਂ? ਹੁਣ ਮੈਂ ਤੁਹਾਨੂੰ ਸਰਦਾਰ ਜੀ ਹੱਥ ਬੰਨ ਕੇ, ਦੇਖੋ ਸਾਰਿਆਂ ਦੇ ਸਾਹਮਣੇ ਇੱਕ ਗੱਲ ਦੱਸਦਾ ਹੈ। ਧਰਮ ਨਾਲ ਚੂਹਾ ਸੀ, ਉਹਦੇ ਹੱਥ 'ਚ ਇਹਦੀ ਹਲਦੀ ਦੀ ਗੰਢੀ ਆ ਗਈ, ਉਹ ਕਹਿੰਦਾ ਮੈਂ ਪਸਾਰੀ ਬਣ ਗਿਆ। ਬੀਬੀ ਹਰਸਿਮਰਤ ਕੌਰ ਤੁਹਾਡੇ ਕੋਲ ਜਿਹੜੀ ਵਜ਼ੀਰੀ ਹੈ, ਚੂਹੇ ਕੋਲ ਹਲਦੀ ਦੀ ਗੰਢੀ ਜਿੰਨੀ ਵੀ ਨਹੀਂ। ਮੈਂ ਵੀ ਹਿੰਦੁਸਤਾਨ ਦਾ ਫੂਡ ਮਿਨਿਸਟਰ ਹੈ, ਮੈਂ ਫੂਡ ਮਿਨਿਸਟਰ ਆਫ ਇੰਡੀਆ ਸੀ। ਧਿਆਨ ਨਾਲ ਸੁਣਿਓ ਸਰਦਾਰ ਆਲੂਵਾਲੀਆ ਸਾਹਿਬ, ਨੰਬਰ 1 ਫੂਡ ਦਾ ਮਹਿਕਮਾ ਮੇਰੇ ਕੋਲ ਸੀ ਸਾਰਾ, ਫੂਡ ਖਰੀਦਣਾ ਵੇਚਣਾ ਵਿਦੇਸ਼ਾਂ ਨੂੰ ਭੇਜਣਾ ਮੇਰੇ ਕੋਲ ਸੀ, 2 ਉਹਦੇ ਵਿੱਚ ਹੀ ਸੀ। ਫੂਡ ਵਿੱਚ 496 ਖੰਡ ਮਿੱਲਾਂ, ਉਹ ਖੰਡ ਮਿੱਲਾਂ ਦਾ ਮੈਂ ਮਾਲਕ ਸੀ ਤੇ ਮੈਂ ਜਦੋਂ ਇਹ ਲੱਗੇ ਭਾਅ ਭੂ ਚੱਕਣ, ਸ਼ਿਸ਼ਰ ਬਜਾਜ ਪ੍ਰਧਾਨ ਸੀ, ਮੈਂ ਕਿਹਾ ਮੰਦਰ ਦੇ ਦੂੰ, ਉਹ ਮੇਰੇ ਕੋਲ ਸੀ। ਫਿਰ ਇੱਕ ਕੰਜ਼ਿਊਮਰ ਅਫੇਅਰਸ ਮਹਿਕਮਾ ਹੁੰਦਾ, ਕੰਜ਼ਿਊਮਰ ਅਫੇਅਰਸ ਜਿਹਦੇ ਵਿੱਚ ਤੁਸੀਂ 8-8 ਜੱਜ ਇੱਕ ਸਟੇਟ 'ਚ ਲਾਉਂਦੇ ਹੈ, ਮੈਂ 64 ਜੱਜ ਲਾਏ, ਇਹ ਵੀ ਮਹਿਕਮਾ ਫੂਡ ਮੇਰੇ ਕੋਲ ਸੀ। ਫਿਰ ਸਰਦਾਰ ਸਾਹਿਬ ਇੱਥੋਂ ਅੱਗੇ ਜਾ ਕੇ ਫਿਰ FCI ਫੂਡ ਕਾਰਪੋਰੇਸ਼ਨ ਇੰਡੀਆ, ਇਹ ਵੀ ਮੇਰੇ ਕੋਲ ਸੀ, ਇਹ ਸਾਰਾ ਮਹਿਕਮਾ ਮੇਰੇ ਕੋਲ। ਤੇ ਇੱਕ ਸੀ ਛੋਟੀ ਜਿਹੀ ਬ੍ਰਾਂਚ, ਉਹਦਾ ਨਾਂ ਸੀ ਫੂਡ ਪ੍ਰੋਸੈਸਿੰਗ। ਬੀਬੀ ਕੋਲੇ ਚੂਹੇ ਦੀ ਪੂਛ, ਇੰਨਾ ਕੁ ਮਹਿਕਮਾ ਕੋਈ ਆ ਬਸ ਇੰਨਾ ਹੀ, ਬਾਕੀ ਸਾਰਾ ਰਾਮ ਬਿਲਾਸ ਪਾਸਵਾਨ ਕੋਲ ਹੈ। ਉਹ ਚੂਹੇ ਦੀ ਪੂਛ ਲਈ ਅੜੇ ਬੈਠੇ ਹੋ, ਆਓ ਮੈਦਾਨ 'ਚ ਨਿਤਰੋ, ਸਿੱਖਾਂ ਦੀ ਗੱਲ ਕਰੋ। ਹਰ ਗੱਲ ਪਿੱਛੇ ਜਾ, ਤੁਰ ਸ਼੍ਰੋਮਣੀ ਕਮੇਟੀ ਪਿੱਛੇ ਚਲੀ ਗਈ, ਹਰ ਗੱਲ ਪਿੱਛੇ ਜਾ ਰਹੇ ਹੋ। ਹੁਣ ਮੈਂ ਬੇਨਤੀ ਕਰਦਾ ਕਿ ਇਹ ਮੁੱਦਾ ਮੈਂ ਦਿਨੇਸ਼ ਸ਼ਰਮੇ ਉਪ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ, ਮੇਰੀ ਮਜਬੂਰੀ ਇਹ ਹੈ ਸਰਦਾਰ ਸਾਹਿਬ ਕਿ ਮੈਂ ਅਸੀਂ ਆਪੋਜੀਸ਼ਨ ਵਿੱਚ ਹੈ, ਸਾਡਾ ਨਾਂ ਨਹੀਂ ਸੁਣਨਾ ਚਾਹੁੰਦਾ ਆਪਣਾ ਮੁੱਖ ਮੰਤਰੀ ਜਾਂ BJP। ਚਲੋ ਕੋਈ ਨਹੀਂ, ਸਮੇਂ ਆਉਂਦੇ ਹੁੰਦੇ ਕਦੇ ਕੋਈ ਉਹਨਾਂ ਦਾ ਨਹੀਂ ਸੁਣਦਾ। ਹੁਣ ਅਗਲੀ ਗੱਲ ਜਿੱਥੇ ਆ ਕੇ ਅੜੀ ਖੜੀ ਹੈ ਉਹ ਇਹ ਹੈ, ਨਾ ਤਾਂ ਇੱਕ ਕੈਬਿਨਟ ਨੋਟ ਭੇਜੀਦਾ, ਮੈਂ ਕੇਂਦਰ 'ਚ ਮੰਤਰੀ ਰਿਹਾ, ਇੱਥੇ ਮੰਤਰੀ ਰਿਹਾ, ਅਸੀਂ ਵੀ ਮੰਤਰੀ ਰਹੇ, ਅਸੀਂ ਕਿਹੜਾ ਟਿਕਟਾਂ ਕੱਟੀਆਂ। ਤੁਹਾਨੂੰ ਮਤਲਬ ਕਹਿੰਦਾ ਭਾਵ ਹੈ ਕਿ ਤੁਸੀਂ ਵੀ ਉਹ ਘਰ ਦੇ ਵਿੱਚ ਜਿਹੜਾ ਹੈਗਾ ਬਕਾਇਦਾ ਇੱਕ ਐਜ਼ ਐਨ ਸੀਨੀਅਰ ਦੇ ਤੌਰ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ, ਤੁਹਾਨੂੰ ਸਾਰਾ ਕੁਝ ਪਤਾ ਇਨ ਐਂਡ ਆਊਟਸ। ਮੈਂ ਬੇਨਤੀ ਇੱਕੋ ਕਰਦਾ ਸਰਦਾਰ ਆਲੂਵਾਲੀਆ ਸਾਹਿਬ, ਇੱਕ ਨੋਟ ਭੇਜੀਦਾ ਜੀ, ਉੱਥੇ ਵੀ ਨੋਟ ਭੇਜ ਦੇਈਦਾ, ਮੈਂ ਨੋਟਿਸ ਭੇਜ ਦੇਣਾ। ਹੁਣ ਤੀਕਰ ਇੱਕ ਦਿਨ ਵੀ ਕੈਬਿਨਟ 'ਚ ਮਸਲਾ ਨਹੀਂ ਉਠਾਇਆ ਬੀਬੀ ਹਰਸਿਮਰਤ ਨੇ, ਨਾ ਨੋਟਿਸ ਭੇਜਦੇ ਹੈ। ਯਾਰ ਇੱਕ ਗੱਲ ਹੈ, ਇਹਨਾਂ ਨੇ ਆਪਦਾ ਭਾਰਤ ਦੀ ਰਾਜਨੀਤੀ ਦੀ ਮੰਡੀ 'ਚ ਅਕਾਲੀਆਂ ਨੇ ਭਾਅ ਘਟਾ ਲਿਆ, ਭਾਅ ਹੈ ਹੀ ਨਹੀਂ, ਰੇਟ ਹੀ ਹੈ ਨਹੀਂ, ਹੁਣ ਉੱਥੇ ਕੋਈ ਸੁਣਦਾ ਨਹੀਂ। ਇੱਥੇ ਗੱਲ ਕਰਦੇ ਆ 10 ਕਮੇਟੀਆਂ ਬਣਾ ਦੇਣ, ਕਿੰਨਾ ਚਿਰ ਅਮਿਤ ਸ਼ਾਹ ਨਾਲ ਗ੍ਰਹਿ ਮੰਤਰੀ ਨਾਲ ਗੱਲ ਨਹੀਂ ਹੁੰਦੀ,
ਗੱਲ ਸਿਰੇ ਸਰਦਾਰ ਬਹਾਦਰ ਨਹੀਂ ਚੜ੍ਹਨੀ। ਮੈਂ ਫਿਰ ਤੁਹਾਨੂੰ ਕਿਹਾ ਵੀ ਡਿਪਟੀ ਕਮਿਸ਼ਨਰ ਨੂੰ ਜਸਵੀਰ ਸਿੰਘ ਜੀ, ਸਿੱਖ ਸੰਗਠਨ ਵਾਲੇ ਤੇ ਪਾਲ ਸਿੰਘ ਜੀ, ਜੀ ਉਹ ਉਹਨਾਂ ਨੂੰ ਮਿਲੇ ਹੈ, ਉਹ ਗੱਲ ਹੀ ਨਹੀਂ ਸੁਣਦੇ। ਮੈਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਨੂੰ ਕਿਹਾ ਇੱਕ ਵਾਰੀ 55 ਸਿੱਖਾਂ ਤੇ 6 ਮਹੀਨੇ ਹੋ ਗਏ, ਉਹਨਾਂ ਨੇ ਨਗਰ ਕੀਰਤਨ ਕੱਢ ਲਿਆ ਜੀ ਇੱਥੇ ਯੂਪੀ 'ਚ। ਜੀ ਉਹਨਾਂ 55 ਸਿੱਖਾਂ ਦੇ 55 ਸਿੱਖਾਂ ਦੇ ਮਹਾਰਾਜ ਹਜ਼ੂਰ ਉਹਨਾਂ ਦੇ ਪਵਿੱਤਰ ਸਰੂਪ ਲੈ ਕੇ ਕਿਉਂ ਆਏ ਹੈ ਜੀ ਬਾਜ਼ਾਰ 'ਚ ਜਾਂ ਨਗਰ ਕੀਰਤਨ? 55 ਦੇ ਮੁਕੱਦਮੇ ਕਰਤੇ 55 ਤੇ। ਮੈਂ ਕਿਹਾ ਦਿਨੇਸ਼ ਸ਼ਰਮਾ ਨੂੰ, ਮੈਂ ਤੁਸੀਂ ਕੀ ਕਰਦੇ ਹੈ? ਖੈਰ ਉਹਨੇ 5 ਮਿੰਟ 'ਚ ਵਾਪਸ ਕਰਾ ਦਿਓ, ਮੈਂ ਕਰਾਏ ਵਾਪਸ। ਮੇਰਾ ਮੁੱਦਾ ਇਹ ਹੈ ਹੁਣ ਜੇ ਤਾਂ ਲੜਨਾ ਹੈ ਤਾਂ ਭਾਈਵਾਲ ਭਾਈਵਾਲ ਲੜਦਾ, ਤੁਸੀਂ ਇਹ ਭਾਈਵਾਲ ਬੀਜੇਪੀ ਦੇ ਫਿਰ ਐਂ ਕਰੋ ਕੋਈ ਮਰਦਾਂ ਦਾ ਕੰਮ ਕਰੋ, ਭਾਈਵਾਲ ਹੀ ਤੋੜ ਦਿਓ, ਕਹੋ ਵੀ ਭਾਈਵਾਲ ਹੀ ਛੱਡੀ ਜਾ। ਹੁਣ ਫਿਰ ਮੈਂ ਕਹਿੰਦਾ ਹੁਣ ਜਾਂ ਵਜ਼ੀਰੀ ਰਹੂਗੀ ਤੇ ਜਾਂ ਸਿੱਖਾਂ ਦੀ ਲੜਾਈ ਰਹੂਗੀ। ਇਹਨਾਂ ਨੇ ਵਜ਼ੀਰੀ ਰੱਖਣੀ ਹੈ, ਉਹਨਾਂ ਨੂੰ ਪਤਾ ਵੀ ਇਹ 2-3 ਵਾਰੀ ਘੂਰਦੇ ਆ, ਕਹਿੰਦੇ ਜੀ ਨਹੀਂ ਤਾਂ ਮੈਂ, ਉਹ ਕਹਿੰਦਾ ਨਹੀਂ ਕੀ, ਕਹਿੰਦਾ ਨਹੀਂ ਇਸੇ ਤਨਖਾਹ ਤੇ ਕੰਮ ਕਰੂੰਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦ ਇੰਨਾ ਵੱਡਾ ਮਸਲਾ ਹੈ, ਦੋਵੇਂ ਲੀਡਰ ਸਾਹਮਣੇ ਨਹੀਂ ਆਏ। ਮੈਂ ਕਹਾਂਗਾ ਤਿੰਨੇ ਲੀਡਰ ਸਾਹਮਣੇ ਨਹੀਂ ਆਏ, ਨਾ ਪ੍ਰਕਾਸ਼ ਸਿੰਘ ਬਾਦਲ, ਨਾ ਸੁਖਬੀਰ ਸਿੰਘ ਬਾਦਲ, ਨਾ ਬੀਬੀ ਹਰਸਿਮਰਤ ਕੌਰ, ਕਿਸੇ ਵਾਹ ਜੀ ਵਾਹ, ਸ਼ਾਬਾਸ਼ ਸ਼ਾਬਾਸ਼, ਵਾਹ ਸਰਦਾਰ ਆਲੂਵਾਲੀਆ, ਇੱਥੇ ਮੈਂ ਆਉਣਾ ਸੀ, ਤੁਸੀਂ ਕਹਿਤਾ, ਆਪ ਤਾਂ ਬੈਠੇ ਆ ਏਸੀ ਛੱਡੀ ਕਮਰਿਆਂ 'ਚ। ਜੀ ਜੀ ਰਾਮੂਵਾਲੀ ਜੀ, ਸਾਡੇ ਨਾਲ ਕਾਫੀ ਸਾਰੇ ਨਾ ਕਾਲਰਸ ਵੀ ਜੁੜੇ ਹੋਏ ਨੇ, ਉਹਨਾਂ ਦੇ ਵੀ ਕੋਈ ਸਵਾਲ ਹੋਣਗੇ ਤੁਹਾਨੂੰ ਜਾਂ ਗੱਲ ਕਰਨਾ ਚਾਹੁੰਦੇ ਹੋਣਗੇ, ਉਹਨਾਂ ਨੂੰ ਵੀ ਸੁਣ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਭਾਜੀ, ਮੈਂ ਜਗਪਾਲ ਸਿੰਘ ਬੋਲਦਾ। ਜੀ ਦੇਖੋ ਭਾਜੀ ਸਾਹਿਬ, ਮੈਂ ਰਾਮੂਵਾਲੀਆ ਸਾਹਿਬ ਨੂੰ ਇਹ ਸਵਾਲ ਕਰਦਾ। ਜੀ ਦੇਖੋ, ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ 373-35A ਐਬਰੋਗੇਟ ਕਰਕੇ ਜੰਮੂ ਕਸ਼ਮੀਰ ਦੀ ਆਟੋਨਮੀ ਖਤਮ ਕਰਤੀ ਸੈਂਟਰ ਨੇ। ਜੀ ਉਹਨਾਂ ਨੇ ਤੁਹਾਨੂੰ ਪੰਜਾਬ ਦੇ ਵਿੱਚੋਂ ਵੀ ਐਬਰੋਗੇਟ ਕਰਨਾ, ਧਿਆਨ ਜੀ, ਤੁਹਾਡੇ ਜਿਹੜੇ ਰਾਈਟ ਆ ਨਾ ਜੱਟਾਂ ਦੇ ਪੰਜਾਬ 'ਚ ਜ਼ਮੀਨਾਂ ਦੇ, ਇਹ ਵੀ ਟਰਮੀਨੇਟ ਹੋਣਗੇ। ਤੁਸੀਂ ਦੇਖਿਓ ਹੁਣ, ਹਾਲੇ ਤਾਂ ਤੁਸੀਂ ਯੂਪੀ ਦੀ ਗੱਲ ਕਰਦੇ ਆ, ਤੁਹਾਨੂੰ ਉਹਨੀ ਪੰਜਾਬ ਦੇ ਅੰਦਰ ਵੀ ਲੈਂਡ ਲੈਸ ਕਰਨਾ। ਉਹ ਰਾਮੂਵਾਲੀਆ ਸਾਹਿਬ ਤੁਹਾਨੂੰ ਮੈਂ ਦੱਸਦਾ ਕਿੱਦਾਂ। ਦੇਖੋ ਜਿਹੜੀ ਇਹ ਲੈਂਡ ਆ, ਇਹ ਦਰਾਵੜ ਸਿਵਲਾਈਜੇਸ਼ਨ ਨੂੰ ਬਿਲੋਂਗ ਕਰਦੀ ਆ। ਉੱਥੋਂ ਖੋਈ ਸੀ ਆਪਣੇ ਜਿਹੜੇ ਆਰੀਅਨ ਆਏ ਉਹਨਾਂ ਨੇ, ਆਰੀਅਨ ਤੋਂ ਖੋਈ ਮੁਗਲ ਸਾਮਰਾਜ ਨੇ, ਮੁਗਲ ਸਾਮਰਾਜ ਤੋਂ ਖੋਈ ਆਪਾਂ ਸਿੱਖਾਂ ਨੇ, ਜੱਟਾਂ ਨੇ ਲੜ ਕੇ 300 ਸਾਲ। ਇਸ ਕਰਕੇ ਇਹ ਜਿਹੜੀ ਲੈਂਡ ਆ, ਸਾਰਾ ਕੌਨਫਲਿਕਟ ਆ, ਉਹ ਅੱਜ ਪਾਰਲੀਮੈਂਟ 'ਚ ਬਿੱਲ ਪਾਸ ਕਰ ਦੇਣ ਵੀ ਪੰਜਾਬ ਦੀ ਜਿੰਨੀ ਜ਼ਮੀਨ ਆ, ਜੱਟ ਜਿੰਨੇ ਮਾਲਕ ਆ, ਅਸੀਂ ਸਾਰਿਆਂ ਦਾ ਰਾਈਟ ਟਰਮੀਨੇਟ ਕਰ ਕਰਦੇ ਹਾਂ, ਤੁਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਆਪਣੀ ਸਟੇਟ, ਆਪਣੀ ਪਾਵਰ, ਆਪਣੇ ਮਾਈਟ ਤੋਂ ਬਿਨਾਂ ਤੁਸੀਂ ਕਦੀ ਮਾਲਕ ਨਹੀਂ ਰਹਿ ਸਕਦੇ। ਸਾਰਾ ਕੁਛ ਇਹ ਸਟੇਟ ਨੂੰ ਬਿਲੋਂਗ ਕਰਦਾ, ਨਾ ਕਿ ਸਾਨੂੰ, ਸਾਰਾ ਕੁਛ ਸਟੇਟ ਦਾ ਹੁੰਦਾ, ਸਟੇਟ ਪਾਵਰ ਦੇ ਸਿਰ ਤੇ ਹੁੰਦੀ, ਉਹ ਸਾਡੇ ਕੋਲ ਹੈ ਨਹੀਂ ਗੀ। ਬਾਦਲ ਕੀ ਕਰੂਗਾ, ਸਿਮਰੋ ਕੀ ਕਰੂਗੀ, ਸੁਖਬੀਰ ਬਾਦਲ ਕੀ ਕਰਨਗੇ, ਉਹਨਾਂ ਕੋਲ ਟੈਂਕਰ ਕੀ ਕਰ ਲੈਣਗੇ, ਕੁਛ ਵੀ ਨਹੀਂ ਹੈ, ਨਥਿੰਗ ਹੈ। ਗੱਲਾਂ ਤੁਸੀਂ ਪਾਵਰ ਨੂੰ ਸਟਰੋਂਗ ਕਰੋ ਜੀ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ, ਤੁਸੀਂ ਕੱਲ ਨੂੰ ਕਾਲ ਕੀਤਾ, ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਤੁਹਾਡੇ ਕਮੈਂਟਸ ਦੀ ਕਦਰ ਕਰਦੇ ਹਾਂ, ਤੁਹਾਡੇ ਆਪ ਦਾ ਮੰਚ ਹੈ, ਤੁਸੀਂ ਇਸ ਮੰਚ ਦੇ ਉੱਤੇ ਆਪ ਆ ਕੇ ਜਿਹੜੇ ਆਪਣੇ ਵਿਚਾਰ ਰੱਖਦੇ ਹੋ, ਅਸੀਂ ਜ਼ਰੂਰ ਉਹਨਾਂ ਨੂੰ ਵੀ ਸੁਣਾਂਗੇ। ਕਾਫੀ ਸਾਰੇ ਕਾਲਰਸ ਰਾਮੂਵਾਲੀਆ ਸਾਹਿਬ ਜੁੜੇ ਵੀ ਹੋਏ ਨੇ, ਫਿਲਹਾਲ ਇੱਕ ਬ੍ਰੇਕ ਦੇ ਉੱਤੇ ਮੈਂ ਜਾ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਲਗਾਤਾਰ ਇਸ ਵਿਸ਼ੇ ਨੂੰ ਜਾਰੀ ਰੱਖਾਂਗੇ। ਬਹੁਤ ਸਵਾਗਤ ਹੈ ਲਗਾਤਾਰ। ਸਿੱਖ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਯੂਪੀ ਦੇ ਬਾਰੇ ਗੱਲ ਹੋ ਰਹੀ ਹੈ, ਔਰ ਗੱਲ ਇਹ ਕੀਤੀ ਜਾ ਰਹੀ ਹੈ ਕਿ ਇਹਦੇ ਪਿੱਛੇ ਕੀ ਕੁਝ ਕਾਰਨ ਹੋ ਸਕਦੇ ਹਨ, ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ, ਇਹਦੇ ਉੱਤੇ ਵਿਚਾਰ ਕੀਤੇ ਜਾ ਰਹੇ ਹਨ। ਕਾਫੀ ਸਾਰੇ ਕਾਲਰਸ ਵੀ ਸਾਡੇ ਨਾਲ ਜੁੜੇ ਹੋਏ ਹਨ, ਬਲਵੰਤ ਸਿੰਘ ਰਾਮੂਵਾਲੇ ਜੀ ਵੀ ਸਾਡੇ ਨਾਲ ਜੁੜੇ ਹੋਏ ਹਨ, ਉਹਨਾਂ ਨਾਲ ਵੀ ਰਾਬਤਾ ਕਰਕੇ ਰੱਖਾਂਗੇ, ਕਾਲਰਸ ਨੂੰ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬੇਨਤੀ 2 ਮਿੰਟ ਦਿਓ, ਤੁਹਾਨੂੰ ਮੈਂ ਸਾਰਾ ਸਮਝਾਉਣਾ ਪੂਰਾ ਪਿੱਛੇ ਲੱਗ ਕੇ। ਜੀ ਜਿਸ ਵੇਲੇ ਪਾਕਿਸਤਾਨ ਬਣਿਆ, ਜਿਹੜਾ ਮੁਆਹਦਾ ਹੋਇਆ ਸਰਕਾਰਾਂ ਦਾ, ਜੀ ਉਹਦੇ ਸੀ ਪੰਜਾਬ ਦੀ ਪ੍ਰੋਪਰਟੀ ਪੰਜਾਬ ਨਾਲ ਵੰਡੀ ਗਈ, ਤੇ ਸਿੰਧ ਦੀ ਪ੍ਰੋਪਰਟੀ ਉਹ ਯੂਪੀ ਨਾਲ ਵੰਡੀ ਗਈ ਜੀ, ਤੇ ਜਿਹੜੀ ਬਹਾਵਲਪੁਰ ਰਿਆਸਤ ਸੀ ਉਹਦੀ ਪਟਿਆਲੇ ਨਾਲ। ਜੀ ਲੇਕਿਨ ਜਦੋਂ ਸਰਕਾਰ ਸਿੰਧ ਵਿੱਚ ਵੱਡੇ ਵੱਡੇ ਲਾਠੀ ਸੀ ਆਪਣੇ ਪੰਜਾਬੀ, ਇਹਨਾਂ ਨੇ ਉੱਥੇ ਸਰਦਾਰ ਬਹਾਦਰ ਉੱਜਲ ਸਿੰਘ ਸੀ, ਨਹਿਰੂ ਨੇ ਬੇਈਮਾਨੀ ਕਰਕੇ ਉਹਨੂੰ ਰਿਹੈਬਿਟੇਸ਼ਨ ਮਿਨਿਸਟਰ ਬਣਾ ਲਿਆ ਜੀ, ਤੇ ਉਹਦੇ ਕੋਲੋਂ ਲਿਖਵਾ ਲਿਆ ਵੀ ਅਸੀਂ ਜੀ ਉੱਥੇ ਯੂਪੀ 'ਚ ਕੀ ਕਰਨਾ ਆ, ਸਾਡੇ ਰਿਸ਼ਤੇਦਾਰ ਪੰਜਾਬ 'ਚ ਆ, ਸਾਨੂੰ ਵੀ ਪੰਜਾਬ 'ਚ ਸੈੱਟ ਕਰ ਦਿਓ ਜੀ। ਆਪਣੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਆਬਰ ਲੈ ਲਈਆਂ ਉੱਧਰ, ਅਤੇ ਬਾਕੀ ਲੋਕਾਂ ਨੇ ਅਤੇ ਪੰਜਾਬ ਵੱਲ ਤੱਕਤਾ, ਉਹਦਾ ਇਹ ਅਸਰ ਹੋਇਆ ਵੀ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੋਰ ਵੀ ਘੱਟ ਗਈ ਜੀ, ਉੱਨੀ ਜ਼ਿਆਦਾ ਘੱਟ ਲਾਤੀ, ਅਤੇ ਉਹ ਲੋਕ ਲਿਆ ਕੇ ਸਾਡੇ ਵਿੱਚ ਇੱਕ ਸੁੱਟ ਦਿੱਤੇ ਜੀ।
ਸਾਡੇ 'ਚ ਇਹ ਰਹੀ ਹੈ ਗੱਲ, ਅਸੀਂ ਕਦੇ ਵੀ ਸਾਡੀ ਕੌਮ ਨੇ ਇੱਕ ਲੀਡਰ ਦੇ ਪਿੱਛੇ ਨਹੀਂ ਖੜੀ ਹੋਈ। ਮਾਲ ਦੀ ਮੰਡੀ ਵਿੱਚ ਖਰੀਦਦਾਰ ਬਣ ਜਾਂਦੇ ਆ ਸਾਡੇ, ਤਾਂ ਉਹ ਬੰਦੇ ਬਿਲਕੁਲ ਉਹੀ ਗੱਲ ਹੈ ਨਾ, ਜਿੱਥੇ 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 ਉਹੀ ਕਿਹਾ ਜਾ ਰਿਹਾ। ਮੈਂ ਧੰਨਵਾਦ ਕਰਨਾ ਚਾਹਾਂਗਾ ਤੁਸੀਂ ਸਾਨੂੰ ਕਾਲ ਕੀਤਾ। ਇੱਕ ਮਿੰਟ, ਨਾ ਪਹਿਲਾਂ ਬਾਬਾ ਖੜਕ ਸਿੰਘ ਦੇ ਪਿੱਛੇ ਕੋਈ ਖੜਿਆ ਜੀ ਜੀ ਜੀ, ਨਾ ਮਾਸਟਰ ਤਾਰਾ ਸਿੰਘ ਦੇ ਪਿੱਛੇ ਅਸੀਂ ਲਗਾਤਾਰ ਖੜੇ ਜੀ, ਔਰ ਨਾ ਹੀ ਅਸੀਂ ਹੁਣ ਬਾਦਲ ਦੇ ਪਿੱਛੇ ਲਗਾਤਾਰ ਖੜੇ ਹੋਏ ਜੀ ਜੀ ਜੀ। ਵਿੱਚੋਂ ਮਾਲ ਵਿਕਦਾ ਰਿਹਾ, ਲੀਡਰ ਕਮਜ਼ੋਰ ਹੁੰਦੇ ਰਹੇ, ਉਹ ਵਿਰੋਧੀ ਪਾਰਟੀਆਂ ਜਾਂ ਦੂਜੇ ਲੋਕ ਉਹਦਾ ਫਾਇਦਾ ਉਠਾਉਂਦੇ ਰਹੇ। ਬਿਲਕੁਲ ਬਿਲਕੁਲ ਉਹੀ ਗੱਲ ਹੈ ਨਾ ਜੀ, ਰੇਟ ਘੱਟ ਹੋ ਗਿਆ, ਇੱਥੇ ਉਹੀ ਗੱਲ ਹੋ ਰਹੀ ਹੈ। ਬਲਵੰਤ ਸਿੰਘ ਰਾਮੋ ਵਾਲੇ ਜੀ ਨੂੰ ਮੈਂ ਚਾਹਾਂਗਾ, ਉਹਨਾਂ ਨਾਲ ਮੈਂ ਰਾਬਤਾ ਕਰਕੇ ਰੱਖਦਾ। ਤੁਸੀਂ ਵੇਖਿਆ ਕਿ ਜਿਹੜੇ ਸਾਡੇ ਦਰਸ਼ਕ ਨੇ, ਕਾਲਰਸ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਇਹੀ ਗੱਲ ਹੈ ਕਿ ਲੀਡਰ ਜਿਹੜੇ ਨੇ ਉਹ ਵਿਕਦੇ ਚਲੇ ਗਏ, ਇਸ ਕਰਕੇ ਅਸੀਂ ਜਿਹੜਾ ਹੈਗਾ ਅੰਦਰੋਂ ਉਹਦੀ ਖਾਲੀ ਹੁੰਦੇ ਜਾ ਰਹੇ ਹਾਂ। ਨਹੀਂ, ਮੈਂ ਜਿਹੜੀ ਬੇਨਤੀ ਕੀਤੀ ਹੈ ਨਾ ਜੀ, ਉਹ ਇਹ ਹੈ ਵੀ ਜਿਹੜੇ ਮੈਨੀਫੈਸਟੋ ਵੀ ਹੈ ਚੋਣਾਂ ਦੇ, ਜਿਹੜੇ ਪਾਰਟੀ ਦੇ ਪ੍ਰੋਗਰਾਮ ਹੈ, ਉਹਨਾਂ ਵਿੱਚ ਕੁਛ ਨਹੀਂ ਰਿਹਾ। ਹੁਣ ਗੱਲ ਸਰਦਾਰ ਸਾਹਿਬ ਬੜੀ ਸੋਹਣੀ ਗੱਲ ਕਹਿ ਰਹੇ ਸੀ ਹੁਣੇ, ਵੀ ਜਦੋਂ ਪਾਕਿਸਤਾਨ ਬਣਿਆ, ਮੈਂ ਆਪ ਦੇਖਿਆ ਯੂਪੀ 'ਚ ਮਿਨਿਸਟਰ ਰਹਿ ਕੇ, ਉੱਥੇ ਤਾਂ 1910 ਤੋਂ ਲੈ ਕੇ ਜਾਣੀ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ ਬਹੁਤ ਲੋਕ ਗਏ ਅਤੇ ਜਾਂਦੇ ਰਹੇ, ਭਰਿਆ ਪਿਆ ਯੂਪੀ। ਜਾਣੀ ਮੈਂ ਤਾਂ ਜਾ ਕੇ ਕਈ ਚੀਜ਼ਾਂ ਕੀਤੀਆਂ, ਕਦੇ ਮੈਨੂੰ ਤੁਸੀਂ ਲਿਆਇਓ, ਮੈਂ ਦੱਸੂ ਮੈਂ ਕੀ ਸਟੈਪ ਚੁੱਕੇ। ਹੁਣ ਮੈਂ ਜਿਹੜੀ ਬੇਨਤੀ ਕਰਦਾ, ਇੱਕ ਲੀਡਰ ਦੀ ਗੱਲ ਹੈ, ਹੁਣ ਸਰਦਾਰ ਸਾਹਿਬ ਦੀ ਗੱਲ ਨਾਲ ਮੈਂ ਇੰਨਾ ਕੁ ਤਾਂ ਸਹਿਮਤ ਹੈ ਵੀ ਬਾਬਾ ਖੜਕ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਜਾਂ ਜੋ ਅਕਾਲੀ ਦਲ ਸੀ, ਜਿਵੇਂ ਉਦੋਂ ਭਾਈ ਲਕਸ਼ਮਣ ਸਿੰਘ ਧਾਰੋਵਾਲ ਨੇ ਸ਼ਹੀਦੀ ਪਾਈ, ਕਰਤਾਰ ਸਿੰਘ ਝੱਬਰ ਵਗੈਰਾ ਸ਼ਹੀਦੀਆਂ ਪਾਈਆਂ, ਸੇਵਾ ਸਿੰਘ ਠੀਕਰੀਵਾਲਾ ਜੀ ਲੜੇ, ਸ਼ਹੀਦੀਆਂ ਪਈਆਂ। ਪਰ ਹੁਣ ਤਾਂ ਜਿਹੜਾ ਪ੍ਰੋਬਲਮ ਉਦੋਂ ਆਈ ਹੈ, ਸਿੱਖਾਂ ਦੀ ਗੱਲ ਸੁਣੀ ਜਾਂਦੀ ਸੀ, ਸਿੱਖਾਂ ਦੀਆਂ ਗੱਲਾਂ ਮੈਂ ਬਹੁਤ ਦੇਖੀਆਂ ਸੈਂਟਰ 'ਚ ਰਹਿ ਕੇ, ਬਹੁਤ ਗੱਲਾਂ ਮੰਨੀਆਂ ਗਈਆਂ। ਇੱਕ ਤਾਂ ਮੈਂ ਇਹਨਾਂ ਨੂੰ ਕਹਿੰਦਾ ਖੁਸ਼ੀ ਇੰਨਾ ਡਰਨ, ਸੰਵਿਧਾਨ ਜਿਹੜਾ ਮੁਸਲਮਾਨਾਂ ਨੂੰ ਕਿਹਾ ਸੀ ਗਿਣਤੀਆਂ ਕਰਾ ਕੇ ਤੁਹਾਡੇ ਵੱਟ ਕੱਢ ਦਿਆਂਗੇ, ਕਿੰਨੀਆਂ ਕੁ ਗਿਣਤੀਆਂ ਕਰਾ ਲਈਆਂ, ਕਿੰਨੀਆਂ ਕੁ ਗਿਣਤੀਆਂ ਹੋ ਗਈਆਂ, ਕਿੰਨੇ ਕੁ ਬਾਹਰ ਕੱਢ ਲਏ। ਆਖਿਰ ਦੁਨੀਆਂ ਦਾ ਪ੍ਰੈਸ਼ਰ ਹੈ, ਅਤੇ ਇੱਕ ਆਹ ਮੈਂ ਹੁਣੇ ਮੈਂ ਤੁਹਾਨੂੰ ਦੱਸਣ ਲੱਗਿਆ, ਜਿਹੜਾ ਸਿੱਖਾਂ ਦਾ ਮਸਲਾ ਹੈ, ਅੱਜ ਅਜੀਤ ਅਖਬਾਰ ਛਪ ਗਿਆ, ਮੈਂ ਸੀਤਾ ਰਾਮ ਯੈਚੁਰੀ ਕਮਿਊਨਿਸਟ ਲੀਡਰ ਨਾਲ ਗੱਲ ਕੀਤੀ ਹੈ, ਉਹ ਕਹਿੰਦਾ ਨਿਕਲ ਨਹੀਂ ਦੇਵਾਂਗੇ ਅਸੀਂ। ਉਹਨੇ ਆਪਦੀ ਪਾਰਟੀ ਹੀਰਾ ਲਾਲ ਨੂੰ ਕਹਿਤਾ ਮੋਰਚਾ ਲਾ ਦਿਓ। ਮੈਂ CPI ਦੇ ਜਿਹੜਾ ਰਾਜਾ ਸੈਕਟਰੀ CPI ਨੂੰ ਕਿਹਾ ਤੁਹਾਡੀਆਂ ਕਿਸਾਨ ਸਭਾਵਾਂ, ਉਹ ਕਹਿੰਦਾ ਜੀ ਅੱਜ ਮੈਂ ਮੀਟਿੰਗ ਕਰੂੰਗਾ, ਅੱਜ ਉਹ ਨਾਲ ਲੈਣਗੇ। ਮੈਂ ਉਗਰਾਹਾਂ ਸਾਹਿਬ ਜੋਗਿੰਦਰ ਸਿੰਘ ਕਿਸਾਨ ਯੂਨੀਅਨ, ਮੈਂ ਰਾਤ ਉਹਨਾਂ ਨਾਲ ਵੀ ਗੱਲ ਕਰ ਲਈ ਹੈ, ਉਹ ਕਹਿੰਦੇ ਫਿਕਰ ਨਾ ਕਰੋ ਤੁੰਬੇ ਉਡਾ ਦਿਆਂਗੇ। ਉਦੋਂ ਬਾਅਦ ਮੈਂ ਗੱਲ ਕੀਤੀ ਹੈ ਰਾਜੇ ਵਾਲ ਸਾਹਿਬ ਨਾਲ, ਕੋਈ ਗੱਲ ਨਹੀਂ ਏਡੀ ਨਹੀਂ ਗੱਲ, ਗੱਲ ਸਿਰਫ ਇੰਨੀ ਹੈ ਵੀ ਜਿਹਦੇ ਹੱਥ ਵਿੱਚ ਬਟਨ ਹੈ, ਜਿਵੇਂ ਤੁਹਾਡੇ ਕੋਲੇ ਹੈ, ਤੁਸੀਂ ਜਿਹਨੂੰ ਮਰਜ਼ੀ ਨੱਪਦੇ ਹੋ, ਇਵੇਂ ਬਾਦਲਾਂ ਕੋਲੇ ਬਟਨ ਹੈ। ਕੁਆੜਾ ਇਹ ਹੈ ਬਾਦਲਾਂ ਮਗਰ ਜਿੰਨੇ ਲੱਗੇ ਕਦੇ ਲੱਗੇ ਨਹੀਂ, 10 ਸਾਲ ਲਗਾਤਾਰ ਰਾਜ ਦੇਣਾ ਤੇ ਹੋਰ ਲੱਗਣ ਕੀ ਹੁੰਦਾ, ਵਿਆਹਲੇ ਦੇ ਸਿਹਰਾ ਬੰਨ ਤਾ ਆਨੰਦ ਹੋ ਗਏ, ਹਲੇ ਲੱਗਣ ਚੁੱਕਾ ਸਰ ਹੈ ਕੋਈ, ਦੱਸੋ 10 ਸਾਲਾਂ ਚ ਕੀ ਕੀਤਾ। ਕਦੇ ਮੈਂ ਤੁਹਾਨੂੰ ਮੈਂ ਨੀ ਇੱਧਰ ਜਾਣਾ, ਹਰਿਆਣੇ ਵਿੱਚ ਸਰਦਾਰ ਜੀ 75 ਮੁੰਡੇ ਹਰਿਆਣੇ ਦੇ ਟਰੈਵਲ ਏਜੰਟਾਂ ਨੇ ਠੱਗੀ ਮਾਰ ਕੇ ਲੁੱਟੇ ਹੈ, ਤੇ ਉਹਨਾਂ ਅਨਿਲ ਵਿਜ ਨੇ 169 ਬੰਦੇ ਗ੍ਰਿਫਤਾਰ ਕਰ ਲਏ, ਕਈਆਂ ਦੀਆਂ ਬਹੂ ਘਰ ਵਾਲੀਆਂ ਤੇ ਨੂੰਹਾਂ ਤੇ ਪੁੱਤ ਵੀ ਅੰਦਰ ਦੇਤੇ ਹੈ। ਇੱਥੇ ਮੈਂ ਪਿੱਟ ਕੇ ਮਰ ਗਿਆ 20 ਸਾਲ ਤੋਂ, ਬਾਦਲਾ 5 ਲੱਖ ਮੁੰਡਾ ਕਿਸਾਨਾਂ ਦੀਆਂ 5 ਲੱਖ ਜੱਟਾਂ ਦੀਆਂ ਜ਼ਮੀਨਾਂ ਵਿਕ ਗਈਆਂ, ਟਰੈਵਲ ਏਜੰਟ ਲੁੱਟ ਕੇ ਖਾ ਗਏ, ਉਹ ਇੱਕ ਕੇਸ ਨਹੀਂ ਕੀਤਾ ਉਹਨੇ। ਗੱਲ ਅੰਦਰ ਅੱਗ ਦੀ ਹੈ, ਪੁਆੜਾ ਇਹ ਪੈ ਗਿਆ, ਲੀਡਰ ਲੁੱਟਰ ਕੋਈ ਨਹੀਂ ਹੁੰਦੇ, ਉਹ ਪਰਿਵਾਰਵਾਦ ਹੋ ਗਿਆ। ਹੁਣ ਆਪਦਾ ਪਰਿਵਾਰ ਮੈਂ ਪਹਿਲਾਂ ਕਹਿਤਾ, ਹੁਣ ਜਾਂ ਬਾਦਲ ਤੇ ਬਾਦਲ ਦੇ ਪਰਿਵਾਰ ਦੀ ਵਜ਼ੀਰੀ ਬਚੂ ਤੇ ਜਾਂ ਸਿੱਖਾਂ ਦੀ ਜ਼ਮੀਨ ਬਚੂ ਤੇ ਸਿੱਖਾਂ ਦੀ ਹਸਤੀ ਬਚੂ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ, ਰਾਜਨੀਤੀ ਲੈ ਹੁਣ ਕੀ ਕਰੋਗੇ, ਜਿਹੜੇ ਬੰਦੇ ਨੇ ਜਿਹੜਾ ਬੰਦਾ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਲਾਇਆ ਕਲੇਰ, ਉਹ ਕਲੇਰ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ, ਉਹ ਵਕੀਲ ਕੀ ਦਾ, ਸੈਣੀ ਦਾ ਲਾਇਆ ਬਾਦਲ ਨੇ। ਹੁਣ ਨਵਾਂ ਅੱਜ ਲਾਉਣ ਲੱਗੇ ਹੈ, ਇੱਕ ਨਵਾਂ ਸੈਕਟਰੀ ਲਾਉਣ ਲੱਗੇ, ਮੈਂ ਅੱਜ ਨਾਂ ਨਹੀਂ ਲੈਂਦਾ, ਉਹ ਸੈਕਟਰੀ ਲਾਉਣ ਲੱਗੇ ਹੈ, ਉਹ ਸੈਕਟਰੀ ਨੇ ਜਲੰਧਰ ਗੋਲੀਆਂ ਮਚਲਾ ਕੇ DC ਹੁੰਦੇ ਆ 4 ਬੰਦੇ ਮਾਰੇ ਸੀ, ਕੀ ਕਰੋਗੇ ਜਦੋਂ ਸਿੱਖ ਲੀਡਰ ਉਹਨੂੰ ਮੰਨਦੇ ਹੈ। ਅਗਲੀ ਗੱਲ ਚੱਜ ਨਾਲ ਸੁਣਿਓ, ਲੀਡਰ ਬਾਦਲ ਹੋਣੀ ਸਿੱਖਾਂ ਦੀ ਪਰਵਾਹ ਕਰਨ ਨੂੰ ਹਟ ਗਏ,
ਉਹ ਕਹਿੰਦੇ ਹੈ ਕਿ ਸਿੱਖ ਛੱਡੋ ਪਰੇ, ਆ ਜਿੱਥੇ ਪੁਆੜੇ ਪਏ ਹੋਏ ਆ, ਬੜੇ ਵੱਡੇ ਵੱਡੇ ਮਸਲੇ ਆ, ਯੂਪੀ 'ਚ ਮਸਲੇ ਆ, ਮੈਨੂੰ ਦੱਸ ਦਿਓ ਗੁਜਰਾਤ 'ਚ ਮਸਲਾ, ਤੁਹਾਨੂੰ ਪਤਾ ਸਰਦਾਰ ਉਹ ਜਿਹੜੇ ਸੁਣਦੇ ਹੋ, ਇੱਕ ਡਬਰਾ ਤਹਿਸੀਲ ਹੈ ਮੱਧ ਪ੍ਰਦੇਸ਼ 'ਚ, ਉੱਥੇ 173 ਪਿੰਡ ਸਿੱਖਾਂ ਦੇ ਆ, 173 ਪਿੰਡ, ਮੈਂ ਤਾਂ ਉੱਥੇ ਵੀ ਗਿਆ, ਮੈਂ ਤਾਂ ਜਾਣਦਾ ਸਾਰੇ ਜੀ, ਉੱਥੇ ਗੱਲ ਹੈ 1890 ਪਰਿਵਾਰ ਬਹੁਤ ਨੇ ਉੱਥੇ ਜੀ, ਜੱਟ ਆਪਣੇ ਕਿਸਾਨ ਵੀ ਬਹੁਤ, ਮੈਂ ਜੱਟ ਲਫ਼ਜ਼ ਤਾਂ ਵਰਤਦਾ ਨਹੀਂ, ਅਗਲਾ ਕੋਈ ਆਪਦੀ ਕੌਮ ਦਾ ਕਹਿੰਦੇ ਆ, ਮੈਂ ਬੇਨਤੀ ਕਰਦਾ ਵੀ ਉੱਥੇ ਜਦੋਂ ਮੈਂ ਗਿਆ, ਮੈਂ ਜੀ ਇੱਥੇ ਸਿੱਖ ਇੰਨੇ ਕਿਵੇਂ ਆ ਗਏ, ਸਰਦਾਰ ਆਲੂਵਾਲੀਆ ਜੀ ਤੇ ਸਰੋਤੇ ਤੇ ਦਰਸ਼ਕ ਸਤਿਕਾਰਯੋਗ ਹੰਸ ਬੁੱਧ ਸਰੋਤੇ ਹੋ, ਹੰਸ ਦਾ ਰੂਪ ਹੈ ਤੁਸੀਂ ਸਿਆਣੇ ਹੈ, ਉਹਦੇ ਵਿੱਚ ਉਹ ਕਹਿੰਦੇ ਵੀ ਰਾਜਾ ਕਹਿੰਦਾ ਵੀ ਮੈਂ ਪੰਜਾਬ ਵਰਗੀ ਖੇਤੀ ਲਾਹੌਰ ਵਰਗੀ ਲੈਲਪੁਰ ਵਰਗੀ ਗਵਾਲੀਅਰ 'ਚ ਲਿਆਉਣੀ ਹੈ, ਉਹ ਕਹਿੰਦਾ ਵੀ 50 ਰੁਪਈਏ ਘੁਮਾ ਜ਼ਮੀਨ ਲੈ ਲਓ, ਸਿੱਖੋ ਉੱਥੇ ਆ ਜਾਓ, ਗੁਰਦਾਸਪੁਰੀਏ ਤੇ ਅੰਮ੍ਰਿਤਸਰੀਏ ਮਝੇਲਾਂ ਨੂੰ ਲੈ ਕੇ ਗਿਆ, ਇਹਨਾਂ ਨੇ ਜਾ ਕੇ ਜੀ ਜਿਹੜੀ ਉੱਥੇ ਜ਼ਮੀਨਾਂ ਇੰਨੀਆਂ ਹਰੀਆਂ ਭਰੀਆਂ ਕਰਤੀਆਂ, ਰਾਜਾ ਦਸੀ ਸਾਲੀ ਗਿਆ ਹਾਥੀ 'ਤੇ ਖੜ੍ਹ ਕੇ ਕਹਿੰਦਾ ਆ ਇੰਨੀਆਂ ਫਸਲਾਂ, ਮੇਰਾ ਗਵਾਲੀਅਰ ਮੇਰਾ ਡਬਰਾ ਇੰਨਾ ਵਾ ਫੈਲ ਗਿਆ, ਉਹ ਚੀਫ ਸੈਕਟਰੀ ਕਹਿੰਦਾ ਜੀ ਕਹਿੰਦਾ ਲੋਕਲ ਸਿੱਖਾਂ ਨੂੰ ਲੋਕਲ ਲੋਕਾਂ ਨੂੰ ਸਿੱਖੀ ਖੇਤੀ ਸਿਖਾ ਤੀ, ਉਹ ਕਹਿੰਦਾ ਹਜ਼ੂਰ ਹੱਥ ਬੰਨੇ, ਇਹ ਤਾਂ ਸਾਰੀ ਸਿੱਖਾਂ ਦੀ ਹੈ, ਜਿਹੜੇ ਇੱਥੋਂ ਵਾਲੇ ਸੀ ਉਹਨਾਂ ਤੋਂ ਇਹਨਾਂ ਨੇ ਮੁੱਲ ਲੈ ਲਈ, ਤੁਸੀਂ 50 ਦੇਤੀ ਇਹਨਾਂ ਨੇ 500 ਨੂੰ, ਬਿਲਕੁਲ ਕਹਿੰਦਾ ਚਲੋ ਉਜਾੜ ਦਿੰਦੇ ਹਾਂ, ਫਿਰ ਆਪੇ ਕਹਿੰਦਾ ਨਹੀਂ ਨਹੀਂ ਇੱਥੇ ਹੀ ਰਹਿਣਗੇ, ਉੱਥੇ ਵੀ ਬੜੇ ਮਸਲੇ ਆ, ਬਹੁਤ ਮਸਲੇ ਨੇ, ਮੈਂ ਤਾਂ ਕਲਕੱਤੇ ਨਹੀਂ ਗਏ ਕਦੇ, ਬਿਲਕੁਲ ਰਾਮਵਾਲੇ ਜੀ ਸਾਡੇ ਨਾਲ ਨਾ ਦਰਸ਼ਕ ਕਾਫੀ ਸਾਰੇ ਜੁੜੇ ਹੋਏ ਨੇ, ਕਾਲਰਸ ਉਹਨਾਂ ਨੂੰ ਵੀ ਸੁਣਨਾ ਲਾਜ਼ਮੀ ਹੈਗਾ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ, ਮਿਹਰਬਾਨੀ ਜੀ ਮੈਂ ਰਾਜਕੁਮਾਰ ਬੋਲ ਰਿਹਾ, ਤੁਸੀਂ ਸ਼ਾਦੀ ਸ਼ਾਦ ਛੱਡ ਗਿਆ ਰਾਤੀ, ਜੀ ਰਾਜਕੁਮਾਰ ਸਿੰਘ ਨੇ ਨਾ, ਹੈਲੋ ਰਾਜਕੁਮਾਰ ਸਿੰਘ ਨਹੀਂ ਪਰ ਪੰਜਾਬ ਦਾ ਹਿੱਤੈਸ਼ੀ ਆ ਜੀ, ਬਿਲਕੁਲ ਰਾਜਕੁਮਾਰ ਜੀ ਤੁਹਾਡਾ ਆਪ ਦਾ ਮੰਚ ਹੈ, ਕੀ ਕਹਿਣਾ ਚਾਹੋਗੇ, ਮੈਂ ਮੰਚ ਮੰਚ ਮੇਰਾ ਆਪਣਾ ਜੀ, ਮੇਰਾ ਮੰਚ ਆਪਣੇ ਨੂੰ ਟੁਕਰਾ ਰਿਹਾ, ਤੇ ਮੈਂ ਕਿਵੇਂ ਮੈਂ ਗੱਲ ਕਰ ਕਰ ਗੱਲ ਕਿਵੇਂ ਕਰ ਕਿਵੇਂ ਨਾਲ ਕਰਾਂ, ਇਹ ਆਲੂ ਆ ਗਿਆ ਜੀ ਟੁਕਰਾ ਰਿਹਾ ਹੁਣ ਜੀ, ਰਾਜਕੁਮਾਰ ਜੀ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਮੈਂ ਗੱਲ ਕਰ ਸਕਦਾ ਹਾਂ, ਪੰਜਾਬ ਪੰਜਾਬ ਹਿੱਤੈਸ਼ੀ ਹੈ ਜੀ, ਜੀ ਬਿਲਕੁਲ, ਕੀ ਕਹਿਣਾ ਚਾਹੋਗੇ, ਕੀ ਕਹਿਣਾ ਚਾਹੋਗੇ ਜੀ, ਮੈਂ ਰਾਸ਼ਟਰੀ ਖਬਰ ਆਪਣੇ ਮੈਂ ਰਾਸ਼ਟਰੀ ਖਬਰ ਲਾਈ ਸੀ ਆਪਣੇ ਫੇਸਬੁੱਕ ਤੇ ਜੀ, ਬਿਲਕੁਲ, ਇਹ ਸਰਕਾਰ ਪੰਜਾਬ ਵਿੱਚ ਐਸੀ ਹੈ, ਕਿਸਾਨ ਵਿੱਚ ਐਸੀ ਹੈ ਜੀ, ਕਿਸਾਨ ਦੁਖੀ ਹੈ, ਕਿਸਾਨ ਦੁਖੀ ਹੈ ਤੇ ਪੰਜਾਬ ਦੁਖੀ ਹੈ ਜੀ, ਬੀਜੇਪੀ ਸਰਕਾਰ ਦੀ ਤੁਹਾਨੂੰ ਕੀ ਮਨਸ਼ਾ ਲੱਗਦੀ ਹੈ, ਔਰ ਜਦ ਤੋਂ 2014 ਤੋਂ ਸਰਕਾਰ ਬਣੀ ਹੈ, ਜਿਹੜੇ ਏਜੰਡੇ ਦੀ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਕਿਹਾ ਜਾਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਮੈਂ ਮੰਨਦਾ ਕਿ ਸਾਰੇ ਲੀਡਰਸ ਹੁਣ ਇਸ ਟਾਈਮ ਨਤਮਸਤਕ ਹੋ ਚੁੱਕੇ ਨੇ, ਅਗਰ ਉਹ ਅੱਜ ਕਹਿਣਗੇ ਕਿ ਸਵੇਰ ਹੋ ਰੱਖੀਏ ਤਾਂ ਉਹ ਕਹਿਣਗੇ ਹਾਂਜੀ ਸਵੇਰ ਹੋ ਰੱਖੀਏ, ਜੇ ਕਹਿਣਗੇ ਦੁਪਹਿਰ ਹੈ ਤਾਂ ਦੁਪਹਿਰ ਕਹਿਣਗੇ, ਜੇ ਰਾਤ ਹੋਏਗੀ ਤਾਂ ਰਾਤ ਕਹਿਣਗੇ, ਅਤੇ ਜੋ ਉਹਨਾਂ ਨੇ ਕਹਿਣਾ ਉਹਨਾਂ ਨੂੰ ਮੰਨਣਾ ਪੈਣਾ, ਕਿਉਂਕਿ ਇਹਦਾ ਸਿੱਧੀ ਇੰਟੈਨਸ਼ਨਸ ਨਜ਼ਰ ਆਉਂਦੀਆਂ, ਜਦ ਖੁਦ ਆਪ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਹੈਗੀ ਹੈ, ਮਸਲਾ ਯੂਪੀ ਦਾ ਹੈਗਾ ਤਾਂ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਸੀਗਾ, ਸੁਖਬੀਰ ਬਾਦਲ ਬਕਾਇਦਾ MP ਵੀ ਨੇ, ਔਰ ਬਕਾਇਦਾ ਉਹਨਾਂ ਦੀ ਵੀ ਕੇਂਦਰ ਸਰਕਾਰ ਦੇ ਨਾਲ ਹੱਟੀ ਸੱਟੀ ਹੈਗੀ, ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਸੀਗਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਅੱਗੇ ਕਰਤਾ, ਲਓ ਜੀ ਤੁਸੀਂ ਜਾਓ ਔਰ ਇਸ ਦੇ ਉੱਤੇ ਬਿਆਨ ਦਿਵੋ ਕਿ ਅੱਜ BJP ਜੋ ਚਾਹੁੰਦੀ ਹੈ, ਔਰ ਸਭ ਤੋਂ ਵੱਡੀ ਗੱਲ ਸਿੱਖਾਂ ਦੀ ਜਿਹੜੇ ਲੰਬੇ ਸਮੇਂ ਤੋਂ ਆਪਣੀ ਮੰਗ ਹੈਗੀ ਹੈ, ਔਰ ਆਪ ਦੀ ਰਿਕੋਗਨੀਸ਼ਨ ਦੀ, ਆਪ ਦੀ ਐਕਨੋਲੇਜਮੈਂਟ ਦੀ, ਉਹਦੇ ਤੱਕ ਵੀ ਸੰਸ਼ੋਧਨ ਨਹੀਂ ਕਰਾ ਪਾਏ, ਤਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਤੋਂ ਕੀ ਖੱਟਾਂਗੇ, ਕਾਫੀ ਸਾਰੇ ਸਵਾਲ ਨੇ, ਕਾਫੀ ਸਾਰੇ ਕਾਲਰਸ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸੁਣਾਂਗੇ, ਫਿਲਹਾਲ ਇੱਕ ਬ੍ਰੇਕ ਲਈ ਮੈਂ ਇੱਥੇ ਰੁਕ ਰਿਹਾ, ਬਲਵੰਤ ਸਿੰਘ ਰਾਮੂਵਾਲੀਆ ਨਿਰਪੱਖ ਗੱਲ ਹਮੇਸ਼ਾ ਰੱਖਦੇ ਨੇ, ਔਰ ਅੱਜ ਇਸ ਮੰਚ ਦੇ ਉੱਤੇ ਵੀ ਲਗਾਤਾਰ ਉਹ ਸਾਡੇ ਨਾਲ ਜੁੜੇ ਹੋਏ ਨੇ, ਤਮਾਮ ਸਵਾਲ ਮੈਂ ਲਵਾਂਗਾ ਉਹਨਾਂ ਤੋਂ ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ ਸਵਾਗਤ ਹੈ, ਲਗਾਤਾਰ ਇਸ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਹੈ, ਸਾਡੇ ਨਾਲ ਬਲਵੰਤ ਸਿੰਘ ਰਾਮੂਵਾਲੇ ਜੀ ਵੀ ਜੁੜੇ ਹੋਏ ਨੇ, ਤਮਾਮ ਕਾਲਰਸ ਵੀ ਨੇ, ਬਲਵੰਤ ਸਿੰਘ ਰਾਮੂਵਾਲੇ ਜੀ ਦੇ ਕੋਲ ਚੱਲਦੇ ਹਾਂ ਸਿੱਧਾ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹਾਲ ਫਿਲਹਾਲ ਦੀ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ ਇਸ ਲੈਂਡ ਐਕੁਜ਼ੀਸ਼ਨ ਦੇ ਪਿੱਛੇ, ਸਰਕਾਰ ਦੀ ਤਾਂ ਮਨਸ਼ਾ ਸਾਫ਼ ਹੋ ਗਈ ਹੈ ਕਿ ਉਹ ਇਹ ਜ਼ਮੀਨ ਖੋਹਣਾ ਚਾਹੁੰਦੀ ਹੈ, ਅਤੇ ਖੋਹਣ ਲਈ ਉਹਨਾਂ ਨੇ JCB ਮਸ਼ੀਨਾਂ ਅਤੇ ਪੁਲਿਸ ਦੇ ਹਥਿਆਰਬੰਦ ਸਿਪਾਹੀ ਹੈ ਜਿਹੜੇ ਭੇਜ ਦਿੱਤੇ ਹੈ, ਪਰ ਇੱਕ ਦੋ ਚੀਜ਼ਾਂ ਇਹਦੇ ਜਿੱਥੇ ਅਸੀਂ ਜ਼ੋਰ ਲਾ ਰਹੇ ਹਾਂ, ਉਹ ਹੈ ਨੰਬਰ ਇੱਕ, ਉਹ ਹੈ ਕਿ 12 ਸਾਲ ਤੋਂ ਵੱਧ ਜਿਹਦਾ ਕਬਜ਼ਾ ਹੋਵੇ ਕਾਨੂੰਨੀ ਤੌਰ 'ਤੇ ਉਹਨੂੰ
ਇਹ ਰੱਦੀ ਦੇ ਕਾਗਜ਼ਾਂ ਨੂੰ ਚੱਕ ਕੇ ਪਰੇ ਸਿੱਟਿਆ ਨਹੀਂ ਜਾ ਸਕਦਾ। ਉਹ ਇਹੀ ਤਾਂ ਮੌਕਾ ਨਹੀਂ ਦੇ ਰਹੇ, ਉਹਨਾਂ ਨੂੰ ਕਹਿ ਰਹੇ ਵੀ ਤੂੰ 2 ਮਹੀਨੇ ਸਾਨੂੰ ਹਾਈ ਕੋਰਟ ਜਿਹੜਾ ਕੇਸ ਚੱਲਦਾ ਉਹਦੀ ਸੁਣਵਾਈ ਦਾ ਮੌਕਾ ਤਾਂ ਦੇ ਦਿਓ। ਹੁਣ ਉਹ ਕੇਸ ਹੈ, ਜੇ ਇੱਥੇ ਇਉਂ ਕਰਨਗੇ ਤਾਂ ਸੁਪਰੀਮ ਕੋਰਟ ਹਾਈ ਕੋਰਟ ਹੀ ਕਹੂ ਵੀ ਸਾਡੇ ਹੁਕਮ ਦੇ ਬਾਵਜੂਦ ਇਉਂ ਕੀਤਾ। ਇੱਕ ਤਾਂ ਇਹ ਤਰੀਕਾ ਹੈ। ਦੂਜਾ ਤਰੀਕਾ ਜਿਹੜਾ ਹੈ ਕਿ ਜਿੰਨਾ ਚਿਰ ਉਹ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਜਿਵੇਂ ਗੰਨੇ ਦੀਆਂ ਪਰਚੀਆਂ, ਗੰਨੇ ਦੀ ਜਿਹੜੀਆਂ ਮਿੱਲਾਂ ਵਿੱਚ ਮੈਂਬਰਸ਼ਿਪ ਹੈ ਉਹ ਇਹਨਾਂ ਸਿੱਖ ਕਿਸਾਨਾਂ, ਮੈਂ ਬਰੀਕੀ ਨਾਲ ਸਾਰੀ ਘੋਖਦਾ ਰਹੀ ਨਾ ਉੱਥੇ, ਕਿਉਂਕਿ ਅਕਸਰ ਸੇਵਾ ਕੀਤੀ ਹੈ ਅਤੇ ਕਰਨੀ ਹੈ। ਉਹ ਗੰਨੇ ਦੀਆਂ ਪਰਚੀਆਂ ਦਾ ਹੈਗਾ, ਇਵੇਂ ਵੋਟਾਂ ਵੋਟਰ ਲਿਸਟਾਂ 'ਚ ਨਾਂ ਉੱਥੋਂ ਦੇ ਪਿੰਡ ਦਾ ਉਸ ਥਾਂ ਦਾ ਹੈਗਾ, ਉਸ ਜ਼ਮੀਨ ਦੇ ਜਿਹੜੇ ਆੜ੍ਹਤੀਆਂ ਨਾਲ ਹਿਸਾਬ ਕਿਤਾਬ ਹੈ, ਜਿਹੜੀ ਫਸਲ ਵੇਚੀ ਹੈ ਉਹ ਕੋਈ ਲੁਧਿਆਣੇ ਤੋਂ ਲੈ ਨਹੀਂ ਗਏ, ਉੱਥੋਂ ਹੀ ਕੱਢ ਕੇ ਵੇਚੀ ਹੈ ਉਸੇ 'ਚੋਂ, ਉਹ ਕੁਝ ਰਿਕਾਰਡ ਜਿਹੜਾ ਜਿਹਨੂੰ ਸਪੋਰਟਿੰਗ ਐਵੀਡੈਂਸ ਕਹਿੰਦੇ ਆ ਲਾਅ ਵਿੱਚ ਕਾਨੂੰਨ ਵਿੱਚ, ਉਹਦੇ 'ਤੇ ਵੀ ਲੜ ਰਹੇ ਹੈ। ਫਿਰ ਹੁਣ ਮੈਂ ਅੱਜ ਮੇਰੀ ਦੁਪਹਿਰੇ 12 ਵਜੇ ਤੋਂ ਬਾਅਦ 1 ਵਜੇ ਤੋਂ ਮੈਂ ਆਲ ਇੰਡੀਆ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਚੌਧਰੀ ਚਰਨ ਸਿੰਘ, ਪ੍ਰਧਾਨ ਮੰਤਰੀ ਦੇ ਬੇਟੇ ਹੈ ਸ਼੍ਰੀ ਅਜੀਤ ਸਿੰਘ, ਮੈਂ ਉਹਨਾਂ ਨਾਲ ਗੱਲ ਕਰਨੀ ਯੂਪੀ ਦੇ ਹੈ। ਫਿਰ ਅੱਜ ਮੈਂ 2:30 ਵਜੇ ਮੈਨੂੰ ਟਾਈਮ ਦਿੱਤਾ ਗੱਲ ਕਰਨ ਦਾ, ਮੈਂ ਕੁਮਾਰੀ ਮਾਇਆਵਤੀ ਜੀ ਜਿਹੜੇ ਮਾਨਯੋਗ ਪ੍ਰਧਾਨ ਹੈ ਬਹੁਜਨ ਸਮਾਜ ਪਾਰਟੀ, ਉਹਨਾਂ ਨਾਲ ਵੀ ਗੱਲ ਕਰਨੀ ਯੂਪੀ ਦਿਆਂ ਨਾਲ ਜੋ ਯੂਪੀ 'ਚ ਹੀ ਹੈ, ਤਾਂ ਉਹਦੇ ਉੱਥੇ ਕੋਈ ਉੱਥੇ ਰਿਹਾ। ਹੁਣ ਤੁਸੀਂ ਜਿਹੜੇ ਮਾਨਯੋਗ ਦਰਸ਼ਕ ਸੁਣ ਰਹੇ ਆ, ਮੈਂ ਤਾਂ ਬਹੁਤ ਇੱਜ਼ਤ ਕਰਦਾ, ਅਸੀਂ ਤਾਂ ਸਾਰੀ ਉਮਰ ਲੋਕਾਂ ਦੀ ਇੱਜ਼ਤ ਕੀਤੀ ਹੈ, ਲੋਕਾਂ ਨੂੰ ਮਹਾਨ ਮੰਨੇ ਹੈ, ਉਹਦੇ 'ਚ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਬਈ ਦੇਖੋ ਤੁਸੀਂ ਇਹਨਾਂ ਕੋਲ 4 MP ਹੈ, 1 MP ਹੈ ਭੁੰਦੜ, 1 ਸਰਦਾਰ ਹਰਸਿਮਰਤ ਕੌਰ ਜੀ, 1 MP ਹੈ ਸਰਦਾਰ ਸੁਖਬੀਰ ਸਿੰਘ ਬਾਦਲ, 1 ਨਰੇਸ਼ ਗੁਜਰਾਲ, 4 MP ਤਾਂ ਗਏ ਨੀ, ਜਿਹੜਾ MP ਹਾਰਿਆ ਵਿਆ ਉਹਨੂੰ ਭੇਜਣ ਲੱਗੇ ਹੈ, ਜਿਹੜਾ MLA ਵੀ ਨਹੀਂ, ਨਾ MLA ਨਾ MP। ਤਾਂ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ, ਜਦੋਂ ਇਹ ਕੁਛ ਨਹੀਂ ਬਣਨਾ ਅਕਾਲੀ ਦਲ ਦਾ ਤੇ ਸਿੱਖਾਂ ਦਾ, ਨਾ ਕੋਈ ਇਹਨਾਂ ਨੂੰ ਪੁੱਛਦਾ। ਮੈਂ ਇੱਕ ਮਿਸਾਲ ਦੇਣੀ ਚਾਹੁੰਦਾ, ਨਹੀਂ ਭੇਜਣ ਦੀ ਤਾਂ ਗੱਲ ਬਹੁਤ ਦੂਰ ਦੀ ਗੱਲ, ਹੁਣ ਉਮੀਦ ਤਾਂ ਚਲੋ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਨਾ ਦੇ ਬਰਾਬਰ ਹੀ ਹੈਗੀ ਹੈ, ਪਰ ਮੈਂ ਮਨਸ਼ਾ ਜਿਹੜੀ BJP ਸਰਕਾਰ ਦੀ ਹੈਗੀ ਹੈ ਉਹ ਜ਼ਰੂਰ ਜਾਣਨਾ ਚਾਹੁੰਦਾ। ਅੱਜ BJP ਸਰਕਾਰ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਨਾਲ ਖੜ੍ਹੇ ਹਾਂ ਔਰ ਸਿੱਖ ਸਾਡੇ ਭਰਾ ਨੇ, ਘੱਟ ਗਿਣਤੀਆਂ ਦੇ ਨਾਲ ਅਸੀਂ ਖੜ੍ਹੇ ਹਾਂ ਔਰ ਜੋ ਕੋਈ ਮਰਜ਼ੀ ਹੋ ਜਾਏ ਇਹ ਸਾਡੇ ਦੇਸ਼ ਦੇ ਵਿੱਚ ਰਹਿਣਗੇ, ਮਹਿਫੂਜ਼ ਰਹਿਣਗੇ। ਪਰ ਅੱਜ ਤਾਂ ਬਿਲਕੁਲ ਮੈਂ ਕਹਿ ਰਿਹਾ ਕਿ ਬਿਲਕੁਲ ਤਸਵੀਰ ਸਾਫ਼ ਹੋ ਰਹੀ ਹੈ ਕਿ ਵਾਕਈ ਧੱਕਾ ਹੋ ਰਿਹਾ, ਅੱਜ ਇਹ UP ਦੇ ਵਿੱਚ ਹੋ ਰਿਹਾ, ਕੱਲ੍ਹ ਨੂੰ ਤੁਸੀਂ ਕਿਹਾ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਅਜਿਹੇ ਮਸਲੇ ਸਾਹਮਣੇ ਆ ਰਹੇ ਨੇ, ਕੋਲਕਾਤਾ ਦੇ ਵਿੱਚ ਵੀ ਸਾਹਮਣੇ ਆ ਰਹੇ ਨੇ, ਗੁਜਰਾਤ ਦੇ ਵਿੱਚ ਵੀ ਅਸੀਂ ਵੇਖਿਆ, ਤਾਂ ਫਿਰ ਤਾਂ ਹੌਲੀ ਹੌਲੀ ਸਾਡੀ ਜਿਹੜੀ ਮਦਰਲੈਂਡ ਹੈਗੀ ਹੈ ਪੰਜਾਬ ਉੱਥੇ ਵੀ ਕੂਚ ਕਰਨਗੇ। ਦੇਖੋ ਇੰਨੀ ਨਿਰਾਸ਼ਾਜਨਕ ਹਾਲਤ ਨਹੀਂ ਹੈ, ਮੇਰੀ ਬੇਨਤੀ ਮੰਨ ਲਓ ਜੀ। ਪਹਿਲੀ ਗੱਲ ਤਾਂ ਇਹ ਵੀ BJP ਦੇ ਜਿਹੜੇ ਇਹਨਾਂ ਨੇ ਕੀਤੇ ਆ ਉਹ ਨੰਗੇ ਹੋ ਗਏ ਆ, ਤੇ ਉਹ ਤਾਂ ਕੁਹਾੜਾ ਵੱਢੀ ਜਾਂਦਾ ਸੀ ਜੰਗਲ ਨੂੰ, ਉਹ ਕਹਿੰਦਾ ਵੀ ਤੂੰ ਮੈਨੂੰ ਵੱਢੀ ਜਾਂਦਾ, ਉਹ ਕਹਿੰਦਾ ਜੰਗਲ ਵੀ ਜੇ ਮੇਰੇ ਤੋਂ ਕੱਟ ਕੇ ਦਸਤਾ ਤੇਰੇ ਵਿੱਚ ਨਾ ਨਾ ਹੁੰਦਾ ਲੱਕੜੀ ਦਾ, ਤੇ ਮੈਂ ਵੀ ਲੱਕੜੀ ਤੂੰ ਮੈਨੂੰ ਵੱਢ ਹੀ ਨਹੀਂ ਸਕਦਾ। ਗੱਲ ਤਾਂ ਆਪਣੇ ਵਾਲੇ ਦਸਤਾ ਬਣੇ ਹੋਏ ਆ, ਪਰ ਇਉਂ ਹੋਣਾ ਨਹੀਂ, ਇਹ ਲਿਖ ਲਓ ਇਉਂ ਨਹੀਂ ਹੋਣਾ। ਲਗਾਤਾਰ ਸਾਰੇ ਦੇਸ਼ ਵਿੱਚ ਸਿਆਸੀ ਪਾਰਟੀਆਂ ਦੇ ਜਿਹੜੇ ਸਾਂਝੇ ਲੋਕਾਂ ਦੀਆਂ ਸਾਂਝੀਆਂ ਸੈਕੂਲਰ ਪਾਰਟੀਆਂ ਉਹ ਤਕੜੀਆਂ ਹੋਣਗੀਆਂ। ਪੁਆੜਾ ਇਹ ਵੀ ਜਿਹੜੇ ਉਹਨਾਂ ਦੇ ਵਿੱਚ ਬੈਠੇ ਆ ਉਹ ਕੁਛ ਨਹੀਂ ਕਰ ਰਹੇ। ਅਸੀਂ UP ਤੋਂ ਸਿੱਖ ਸੰਗਠਨ ਵਾਲੇ ਆ ਉਹ ਬੜੇ ਜ਼ੋਰ ਨਾਲ ਲੱਗੇ ਆ, ਅੱਜ ਇਹਨਾਂ ਨੇ ਸ਼ੁਰੂ ਕਰਤਾ ਕਮਿਊਨਿਸਟਾਂ ਨੇ, ਉੱਥੇ ਲੋਕਲ ਕਰਨਗੇ। ਹਿੰਦੂ ਵੀਰ ਇੱਕ ਬੋਲ ਕੇ ਗਿਆ, ਪੰਜਾਬ ਪੱਖੀ ਹੈ, ਬੜੀ ਸੋਹਣੀ ਗੱਲ ਹੈ, ਬੜੇ ਲੋਕ ਹੈ। ਇਹ ਨਿਰਾਸ਼ਾ ਨਿਰੂਸ਼ਾ ਦੀ ਗੱਲ ਕੋਈ ਨਹੀਂ, ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਬਾਗ ਬਹਾਰਾ। ਰਾਮ ਵਾਲੇ ਜੀ, ਕਾਲਰਸ ਕਾਫੀ ਸਾਰੇ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਜੀਤ ਕੁਮਾਰ ਹੋਸਟਲ ਟੈਕਸੀ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਹੈਲੋ ਵਾਲੀਆ ਸਾਹਿਬ, ਗੱਲ ਇਹ ਆ ਵੀ ਸਰਕਾਰਾਂ ਕੋਈ ਵੀ ਆਉਂਦੀਆਂ ਜੀ ਉਹ ਧੱਕਾ ਕਰਦੀਆਂ ਆ, ਕੋਈ ਵੀ ਆ, ਕਾਂਗਰਸ ਆ, ਅਕਾਲੀ ਆ, BJP ਆ ਜੀ। BJP ਨੇ ਤਾਂ ਹੁਣ 6 ਸਾਲਾਂ ਚ ਕਹਿਰ ਕਰ ਦਿੱਤਾ ਜੀ, ਹਰੇਕ ਗੱਲ ਇਹਨਾਂ ਦੇ ਧੱਕੇ ਸ਼ਾਹੀ ਕਰਦੇ ਆ ਜੀ। ਸਾਡੇ ਵੀ ਸ਼ਾਇਦ ਤੁਹਾਨੂੰ ਨਹੀਂ ਪਤਾ ਜੀ,
जी। हाँ जी, अच्छा असी 1972 ਦੇ ਵਿੱਚ ਜੀ ਸਾਰੀ ਰਿਸ਼ਤੇਦਾਰੀ ਨੇ 250 ਏਕੜ ਜ਼ਮੀਨ ਕੰਗਖੁਰਦ ਲੋਹੀਆਂ ਹਲਕੇ 'ਚ ਲਈ ਸੀਗੀ, ਲੋਹੀਆਂ ਜਲੰਧਰ ਜੀ। ਅਸੀਂ ਉਦੋਂ ਕਾਂਗਰਸ ਦਾ ਉਹ ਬ੍ਰਿਜ ਭੁਪਿੰਦਰ ਸਿੰਘ ਉਰਫ ਲਾਲੀ ਸੀ ਜਿਹਦਾ ਨਾਂ ਸੀਗਾ ਜੀ, ਉਹਨਾਂ ਨੇ ਉਹਨਾਂ ਤੋਂ ਜ਼ਮੀਨ ਲਈ ਸੀ ਅਸੀਂ 1972 'ਚ ਜੀ। ਜਦੋਂ ਬਲਵੰਤ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਤੇ ਉਦੋਂ MLA ਬਣਿਆ, ਅਸੀਂ ਜਿਤਾਇਆ ਉਹਨੂੰ ਜੀ। ਜਿੱਤਣ ਤੋਂ ਬਾਅਦ ਸਾਡੀ ਜ਼ਮੀਨ ਤੇ ਜੀ 72 ਤੋਂ ਬਾਅਦ 9/11/94 ਨੂੰ ਜੀ 75 ਟਰੈਕਟਰ ਲਿਆ ਕੇ 1000 ਬੰਦਾ ਲਿਆ ਕੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਵੱਡੀ ਗੱਲ ਤੁਸੀਂ ਕਹੀ, ਮੈਂ ਇੱਥੇ ਮਾਫੀ ਚਾਹਾਂਗਾ ਤੁਹਾਡੀ, ਮੈਂ ਗੱਲ ਨੂੰ ਹੋਰ ਅੱਗੇ ਨਹੀਂ ਲਿਜਾ ਸਕਦਾ। ਮੈਂ ਬਲਵੰਤ ਸਿੰਘ ਰਾਮੂਵਾਲੇ ਜੀ ਦੇ ਕੋਲ ਜਾਵਾਂਗਾ ਔਰ ਉਹਨਾਂ ਦੇ ਕਲੋਜ਼ਿੰਗ ਕਮੈਂਟਸ ਆਵਾਂਗਾ। ਅਤੇ ਤੁਸੀਂ ਇਸ ਪੂਰੇ ਮੁੱਦੇ ਨੂੰ ਰਾਮੂਵਾਲੇ ਜੀ ਕਿਸ ਤਰੀਕੇ ਨਾਲ ਵੇਖਦੇ ਹੋ, ਮੈਂ ਤੁਹਾਡੇ ਕਲੋਜ਼ਿੰਗ ਕਮੈਂਟ ਜਾਵਾਂਗਾ। ਮੇਰੀ ਵੱਡੀ ਗੱਲ ਹੈ, ਐਡਾ ਵੀ ਦਿਲ ਦੁੱਲ ਨਾ ਛੱਡੋ, ਐ ਕਿਤੇ ਨੇਰ ਪਿਆ ਵਿਆ। ਜਿਹੜਾ ਸੰਵਿਧਾਨ ਹੈ ਇਹਨਾਂ ਨੂੰ ਉਹ ਚੁੱਲ੍ਹੇ 'ਚ ਸਾੜ ਦੇਣਗੇ ਜਿਹੜੇ ਅਧਿਕਾਰ ਕਰ ਦੇਣਗੇ, ਤੇ ਦੂਜੀਆਂ ਪਾਰਟੀਆਂ ਹੈ ਨਹੀਂ ਸਿੱਖੇ ਨਹੀਂ। ਸਿਰਫ ਇੱਕੋ ਪ੍ਰੋਬਲਮ ਹੈ ਕਿ ਕੁਹਾੜਾ ਵੱਢੀ ਜਾਂਦਾ ਦਸਤਾ ਆਪਣਾ ਲੱਕੜ ਦਾ ਸਿੱਖਾਂ ਦਾ, ਇਸ ਲਈ ਬਾਕੀ ਮੈਂ ਅਸੀਂ ਚੱਲੇ ਹਾਂ ਸਾਰੇ ਲੜਾਂਗੇ। ਬਿਲਕੁਲ ਕਿਸਾਨਾਂ ਨੂੰ ਉੱਜੜ ਨਹੀਂ ਦਿੰਦੇ, ਮੇਰੀ ਨੋਟ ਕਰ ਲਓ ਗੱਲ, ਐ ਨਹੀਂ ਉੱਜੜ ਦਿੰਦੇ, ਇਹ ਵੀ ਬਚਣਗੇ, ਹੋਰ ਵੀ ਬਚਣਗੇ ਅੱਗੇ ਵੀ। ਤਾਂ ਕਿੰਨੇ ਵਾਰੀ ਕਹਿਰ ਆਏ ਹੈ ਗੋਬਿੰਦ ਬਲਬ ਪੰਥ ਤੋਂ ਲੈ ਕੇ ਕਦੋਂ ਤੋਂ। ਮੇਰਾ ਇੱਕੇ ਕਮੈਂਟ ਹੈ ਵੀ ਤੁਸੀਂ ਜਿਹੜੇ ਵਿੱਚ ਬੈਠੇ ਗਦਾਰ ਹੈ ਉਹਨਾਂ ਨੂੰ ਇੱਕ ਪਾਸੇ ਕਰ ਦਿਓ, ਬਾਕੀ ਕੋਈ ਕੁਛ ਨਹੀਂ ਕਰ ਸਕਦਾ। ਪੂਰੀ ਲੜਾਈ ਚੱਲੂਗੀ, ਅਸੈਂਬਲੀ 'ਚ ਚੱਲੂਗੀ, ਮੈਂ ਵਿਧਾਨ ਪਰਿਸ਼ਦ 'ਚ ਉੱਥੇ ਚੱਲੂਗੀ, ਇੱਥੇ ਚੱਲੂਗੀ, ਤੇ ਉਹ ਹਾਈ ਕੋਰਟ ਵਿੱਚ ਜਾਣ ਦਾ ਜਿਹੜਾ ਅਧਿਕਾਰ ਹੈ ਉਹ ਮੈਨੂੰ 99% ਉਮੀਦ ਹੈ, ਬਲਕਿ 100 ਹੀ ਕਿ ਉਹ ਮਿਲ ਜੂਗਾ। ਵੀ ਹਾਈ ਕੋਰਟ ਦੇ ਫੈਸਲਾ ਉਡੀਕੋ, ਇਹਦੇ ਵਿੱਚ ਬੰਦੋਬਸਤ ਨਿਕਲ ਆਉਣਗੇ, ਐਂ ਕੋਈ ਐਡਾ ਸੌਖਾ ਨਹੀਂ। ਅੱਗੇ ਕਿੰਨੇ ਕੁ ਉਜਾੜ ਤੇ ਅੱਗੇ ਨਗਾਸਣ 'ਚ, ਬਰੇਲੀ 'ਚ, ਬਥੇਰੇ ਥਾਈ ਮੁਜ਼ੱਫਰਨਗਰ 'ਚ, ਮੇਰਠ 'ਚ ਬਥੇਰੀ ਕੋਸ਼ਿਸ਼ਾਂ ਕੀਤੀਆਂ, ਉਵੇਂ ਬੈਠੇ ਆ ਸਾਰੇ, ਸਾਰਿਆਂ ਕੋਲ ਜ਼ਮੀਨਾਂ। ਐਡੀ ਕੋਈ ਗੱਲ ਨਹੀਂ, ਮੈਂ ਕੋਈ ਨਿਰਾਸ਼ਾਵਾਦੀ ਬਿਲਕੁਲ ਨਹੀਂ, ਪਰ ਇੰਨਾ ਤੁਸੀਂ ਬਾਦਲਾਂ ਉੱਤੇ ਪ੍ਰੈਸ਼ਰ ਪਾਓ ਕਿਸੇ ਦਿਨ, ਜਾਂ ਤੁਸੀਂ ਜਿਵੇਂ ਪਾ ਸਕਦੇ ਕਿ ਭਲੇ ਮਾਨਸੋ ਵਜ਼ੀਰੀ ਜੀ ਛੱਡ ਦਿਓ, ਸਭ ਕੁਛ ਬਣ ਜੂਗਾ। ਠੀਕ ਹੈ, ਮਿਹਰਬਾਨੀ ਤੁਹਾਡੀ ਬਲਵੰਤ ਸਿੰਘ ਰਾਮੋਵਾਲੀ, ਤੁਸੀਂ ਸਾਡੇ ਨਾਲ ਜੁੜੇ ਔਰ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਸੋ ਇਹ ਸੀਗੇ ਬਲਵੰਤ ਸਿੰਘ ਰਾਮੋਵਾਲੀ ਆ, ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਆਪਣੀ ਗੱਲ ਰੱਖੀ ਔਰ ਕਈ ਸਾਰੇ ਅਹਿਮ ਸਾਨੂੰ ਗੱਲਾਂ ਵੀ ਦੱਸੀਆਂ ਔਰ ਕਿਹਾ ਕਿ ਕੋਸ਼ਿਸ਼ ਕਰ ਰਹੇ ਹਾਂ, ਹਾਈ ਕੋਰਟ ਦੇ ਵਿੱਚ ਮਸਲਾ ਜਾਏਗਾ ਔਰ ਉੱਥੇ ਸਟੇਅ ਜ਼ਰੂਰ ਮਿਲ ਸਕਦਾ। ਜਸ ਪੰਜਾਬੀ ਵੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਮੁੱਦੇ ਦੇ ਉੱਤੇ ਤੁਹਾਨੂੰ ਜਾਣਕਾਰੀ ਦਿੰਦਾ ਰਹੇਗਾ। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ। ਜਿਨ੍ਹਾਂ ਦਰਸ਼ਕਾਂ ਦੀ ਮੈਂ ਕਾਲ ਨੂੰ ਨਹੀਂ ਚੱਕ ਪਾਇਆ ਉਹਨਾਂ ਤੋਂ ਮੈਂ ਮਾਫੀ ਚਾਹਾਂਗਾ। ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਵਿਚਾਰ ਲਿਖ ਕੇ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ, ਮੈਨੂੰ ਦੇਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।